ਅੱਜ ਨਾ ਦਵਿੰਦਰ ਦੀ ਭੂਆ ਦਾ ਸੁਨੇਹਾ ਆਇਆ ਸੀ, ਉਹ ਆਉਂਦੀ ਹੈਗੀ। ਲੈ ਤੈਨੂੰ ਰੋਜ਼ ਹੀ ਸੁਨੇਹੇ ਲਾ ਦਿੰਦੀ ਉਹ, ਮੈਨੂੰ ਆਏ ਤਾਂ ਦੱਸ ਦੇ ਉਹਦਾ ਇੱਥੇ ਕੀ ਥੋੜਿਆ ਪਿਆ ਜਿਹੜਾ ਤੀਜੇ ਦਿਨ ਚੱਕ ਕੇ ਝੋਲਾ ਉਰੇ ਆ ਵੜਦੀ ਹੈ। ਦੇਖ ਸਿੰਦਰ ਗੁਰੇ, ਮੈਂ ਤੈਨੂੰ ਇੱਕ ਗੱਲ ਦੱਸਦਾ, ਦੇਖ ਉਹ ਹੈ ਮੇਰੀ ਭੈਣ, ਠੀਕ ਹੈ, ਉਹ ਵੀ ਇਸ ਘਰ ਦੀ ਜੰਮੀ ਪਲੀ ਹੈ, ਉਹ ਕਿਉਂ ਨਹੀਂ ਆ ਸਕਦੀ ਮੈਨੂੰ ਦੱਸ। ਫਿਰ ਹੁਣ ਸਾਰੀ ਉਮਰ ਤਾਂ ਨਹੀਂ ਇਸ ਘਰ 'ਚ ਬੈਠੀ ਰਹੂ, ਹੁਣ ਵਿਆਹਤੀ ਵਰਤੀ, ਹੁਣ ਆਪਦਾ ਘਰ ਬਾਰ ਵੀ ਸੰਭਾਲ ਲੇ। ਓਏ ਉਹਦਾ ਤੇਰੀ ਗੱਲ ਠੀਕ ਹੈ, ਪਰ ਤੂੰ ਇੱਕ ਗੱਲ ਐਂ ਵੀ ਦੇਖ, ਲੋਕਾਂ ਦੀਆਂ ਕੁੜੀਆਂ ਵਾਂਗੂ ਤਾਂ ਨਹੀਂ ਉਹਨੇ ਕਰਿਆ, ਇੱਕ ਜ਼ਮੀਨ ਆਪਣੇ ਨਾਂ ਲਵਾਤੀ ਉਹਨੇ। ਲਵਾਤੀ ਜ਼ਮੀਨ, ਗਾਹਾਂ ਦੀ ਐਂ ਕਰਦਾ ਜਿਵੇਂ 40 ਕਿੱਲੇ ਜ਼ਮੀਨ ਦੇ ਆਉਂਦੇ ਹੈਗੇ, ਉਹ ਬਸ ਉਹ ਬਾਹਰਲਾ ਤੱਕ ਜਾ ਜਿਹੜਾ ਉਹਦੇ ਨਾਂ, ਉਦੋਂ ਵੱਧ ਤਾਂ ਉਹ ਖਾ ਗਈ ਆਪਾਂ ਨੂੰ। ਰੋਕ ਨਹੀਂ ਸਕਦੇ, ਜਦੋਂ ਤੂੰ ਅਸਤ ਅਸਤ ਕਰਦਾ ਅਗਲੀ ਨੇ ਤਾਂ ਆਉਣਾ ਹੀ ਹੈ। ਜੇ ਮੂਹਰੋਂ ਤੂੰ ਮਾੜਾ ਜਿਹਾ ਕਹੇ ਵੀ ਭਾਈ ਆਪਦੇ ਘਰੇ ਸਿਆਣੀ ਬਣ ਕੇ ਰਿਹਾ ਕਰ, ਕਾਹਨੂੰ ਆਵੇ ਤੇਰੇ ਸਿਰ ਤੇ ਉਹ ਛਾਲਾ ਮਾਰਦੀ ਹੈ। ਉਹ ਮੇਰੀ ਗੱਲ ਸੁਣ, ਮੈਂ ਤਾਂ ਬਾਪੂ ਕਹਿ ਵਰਗਿਆਂ ਦੇ ਕਹੇ ਤੇ ਚੱਲਣਾ, ਉਹਨਾਂ ਨੇ ਮੈਨੂੰ ਕਿਹਾ ਸੀ ਕਦੇ ਬਹਾਲ ਕੱਲ ਨੂੰ ਮੈਨੂੰ ਕੁਝ ਹੋ ਜੇ ਆਪਦੀ ਭੈਣ ਦਾ ਖਿਆਲ ਤੂੰ ਰੱਖਣਾ, ਮੈਂ ਉਸ ਕਹਿਣਿਆਂ ਤੇ ਚੱਲਦਾ। ਬੇ ਫਿਰ ਖਿਆਲ ਤਾਂ ਐ ਹੁੰਦਾ ਵੀ ਕੋਈ ਭੈਣ ਤੇ ਦੁੱਖ ਸੁੱਖ ਆਵੇ ਬੰਦਾ ਉਦੋਂ ਨਾਲ ਬਰਾਬਰ ਖੜ ਜੇ, ਹੁਣ ਐ ਥੋੜੀ ਆ ਵੀ ਭੈਣ ਇੱਥੇ ਬੈਠੀ ਰਹੇ। ਓ ਚੱਲ ਤੂੰ ਐ ਨਾ ਕਰਿਆ ਕਰ, ਉਹਦਾ ਸਾਰਾ ਕੁਝ ਆਪਾਂ ਨੂੰ ਤਾਂ ਕਰਨਾ ਪਊਗਾ। ਹਾਂ ਕਰਨਾ ਪਊਗਾ, ਮੇਰੇ ਗੱਲ ਗੁੱਠਾ ਦੇ ਦੇ, ਉਸੇ ਨੂੰ ਪੂਜੀ ਜਾਇਆ ਕਰੋ। ਓਏ ਤੇਰੇ ਗੱਲ ਗੁੱਠਾ ਵੀ ਕਿਵੇਂ ਦੇ ਦਿਆਂ, ਤੈਨੂੰ ਵੀ ਵਿਆਹ ਕੇ ਲਿਆਇਆ ਹੁਣ। ਹਾਂ ਤੇਰੇ ਗੱਲ ਗੁੱਠਾ ਦੇ ਦੇ, ਮਾੜਾ ਜਿਹਾ ਨਾ ਠੰਡੇ ਦਿਮਾਗ ਨਾਲ ਸੋਚਿਆ ਕਰ, ਗਰਮ ਨਾ ਹੋਇਆ ਕਰ ਹਰ ਟਾਈਮ। ਹਾਏ ਲੈ ਮੈਂ ਤਾਂ ਲੈ ਲੈ ਪਤਾਸੇ, ਓ ਹੋ ਹੋ ਤੁਹਾਡਾ ਭਲਾ ਹੋ। ਹੈਲੋ ਬੇ ਭਾਈ, ਕਰੀ ਹੋ ਹਲੇ ਦੇਖ ਲਾ ਤੇਰੇ ਪਿਓ ਨੇ ਉਹਦੀ ਦੱਸਤਾ ਅੱਗੇ ਭੂਆ ਦੀ ਵਾਇਰਲੈਸ ਆ ਗਈ। ਭੂਆ ਰਹੀ ਹੈ ਲੈ, ਬੀਬਾ ਭੂਆ ਰਹੀ ਮੇਰੀ ਵੱਡੀ ਭੂਆ, ਮੰਮੀ ਮੇਰੇ ਤਾਂ ਇੰਨੀ ਖੁਸ਼ੀ ਦੀ ਗੱਲ ਆ ਵੀ ਮੇਰੀ ਭੂਆ ਆ ਰਹੀ ਆ। ਕਿਉਂ ਖੁਸ਼ੀ ਨੂੰ ਗਾਹਾਂ ਦੀ, ਉਹ ਇੱਥੇ ਤੇਰੇ ਵਾਸਤੇ ਤਗਮੇ ਲੈ ਕੇ ਆ ਰਹੀ ਹੈ। ਮੰਮੀ ਸ਼ਾਦੀ ਗੱਲ ਹੈ, ਆਵੇ ਚਾਹੇ ਤਗਮੇ ਨਾ ਲੈ ਕੇ ਮੇਰੀ ਭੂਆ ਆ ਰਹੀ ਹੈ, ਉਹਨਾਂ ਨੇ ਮੇਰੀ ਕੋਲ ਕਿੰਨਾ ਜ਼ਿਆਦਾ ਪਿਆਰ ਕਰਦਾ। ਹਾਂ ਤਾਂ ਹੀ ਤਾਂ ਮੈਂ ਮੱਚਦੀ ਆ, ਮੇਰੀ ਤਾਂ ਕੋਈ ਪੁੱਛਦਾ ਸਾਂ ਹੈ ਨਹੀਂ ਇਸ ਘਰ 'ਚ, ਉਸੇ ਦੀ ਚੱਦਰ ਚੱਲਦੀ ਹੈ। ਇੱਕ ਮਿੰਟ, ਉਹ ਤੈਨੂੰ ਮੈਂ ਦੱਸਦਾ ਦਵਿੰਦਰ, ਅਸਲ ਗੱਲ ਇਹਦੀ ਕੀ ਆ, ਹੁਣ ਜਦੋਂ ਤੇਰੀ ਭੂਆ ਆਉਂਦੀ ਆ ਭਾਈ, ਮਾੜਾ ਮੋਟਾ ਉਹਨੂੰ ਸਮਾਨ ਥੱਲਾ ਆਪਾਂ ਦਿੰਦੇ ਆ, ਨਹੀਂ ਪੈਂਦਾ ਅਸਲ ਇਹਦੇ ਮਨ 'ਚ ਉਹ ਗੱਲ ਹੈ। ਅੱਜ ਮੈਂ ਫਲਾਨੀ ਕਿਸ਼ਤ ਭਰਨੀ ਆ, ਅੱਜ ਮੇਰੀ ਕਮੇਟੀ ਦੀ ਕਿਸ਼ਤ ਆ ਗਈ, ਉਹਦਾ ਤੁਹਾਡਾ ਸਾਰਾ ਘਰ ਇੱਥੇ ਤੁਹਾਨੂੰ ਮੰਗਲ ਖਾਣ ਵਾਲੇ ਕਰ ਦੂ। ਮੇਰੀ ਗੱਲ ਸੁਣੋ ਮੰਮੀ, ਜੇ ਮਾਮੇ ਮਾਮੀਆਂ ਦਾ ਮਾਜਣਾ ਮਾੜਾ ਤੈਨੂੰ ਕੁਝ ਦਿੰਦੇ ਨਹੀਂ, ਸਾਡਾ ਤਾਂ ਕਸੂਰ ਨਹੀਂ ਭਾਈ, ਸਾਡਾ ਤਾਂ ਪਿਓ ਪੁੱਤਾਂ ਦਾ ਮਾਜਣਾ। ਮੇਰੀ ਗੱਲ ਸੁਣ ਲੈ, ਮਾਮੇ ਮਾਮੇ ਦੇ ਮਾਜਣੇ ਦੀ ਗੱਲ ਕਰਦਾ ਹੈਗਾ, ਉਹਨਾਂ ਦਾ ਘਰ ਮੈਂ ਲੁੱਟਣਾ ਥੋੜੀ ਹੈ, ਜਿਹੋ ਜਿਹਾ ਕੋਈ ਤਿੱਥ ਤਿਆਰ ਹੁੰਦਾ ਅਗਲੇ ਭਾਈ ਖੜਦੇ ਆ ਬਰਾਬਰ ਪੁੱਗਦੇ ਨੇ। ਮੰਮੀ ਗੱਲ ਸੁਣ ਲੈ ਮੇਰੀ, ਆਈ ਵਾਰੀ ਦਾ ਉਹ ਜੇ ਤੈਨੂੰ ਕੁਝ ਦੇ ਕੇ ਆਉਂਦਾ ਤਾਂ ਚੂੜਾ ਪੂਰਾ ਜਿਹਾ ਦੇ ਦਿੰਦੇ ਨੇ, ਬਿਸਕੁਟ ਵਾਲਾ ਠੀਕ ਆ, ਤੇਰੇ ਆਖੇ ਹਾਂ ਨੰਬਰ ਕਿੰਨੇ ਮਰਜ਼ੀ ਉਡਾ ਲਾ ਠੀਕ ਹੈ। ਮੇਰੇ ਮਾਮੇ ਤਾਂ ਮਲੰਗ ਨੇ, ਭੁੱਖੇ ਨੇ ਜਮਾ, ਡੈਡੀ ਮੈਂ ਸੱਚੀ ਗੱਲ ਸੱਚੀ ਗੱਲ, ਮੇਰੀ ਭੂਆ ਦੇ ਕੇ ਵਿਚਾਰੀ ਸ਼ਰਮ ਨਹੀਂ ਆਉਂਦੀ, ਮਾਮਿਆਂ ਨੂੰ ਐਂ ਬੋਲਦੇ ਹੁੰਦੇ ਆ। ਮੰਮੀ ਫਿਰ ਮੈਂ ਹੁਣ ਝੂਠ ਬੋਲਿਆ, ਬੋਲਿਆ ਠੀਕ ਤੈਨੂੰ ਮੈਂ ਦੱਸਦਾ, ਮਾੜੀ ਜੀ ਗੱਲ ਦਾ ਇਹਨੂੰ ਆਪਦੀ ਭੂਆ ਹੈਗੀ ਆ ਬੜੀ, ਹਾਂ ਮੈਨੂੰ ਖੁਸ਼ੀ ਹੋਈ ਮੇਰੇ ਨਾਲ ਵੱਧ ਪਿਆਰੀ ਹੈ। ਤਾਂ ਹੀ ਤਾਂ ਇੱਥੇ
ਤੀਜੇ ਦਿਨ ਆ ਜਾਂਦੀ ਹੈ, ਤੀਜੇ ਦਿਨ ਆਵੇ ਮੰਮੀ, ਚੌਥੇ ਦਿਨ ਆਵੇ ਬਈ ਅਗਲੀ ਦਾ ਉਹ ਉਹਦਾ ਮੰਮੀ ਕਹਿੰਦੇ ਨੇ ਵੀ ਉਹ ਚ ਜਾਣ ਹੈ, ਉਹਦਾ ਮਤਲਬ ਉਤਸ਼ਾਹ ਹੈ ਵੀ ਆਪਣੇ ਨਾਲ ਇੰਨਾ ਪਿਆਰ ਕਰਦੀ ਹੈ। ਮੇਰੀ ਗੱਲ ਸੁਣ ਲਾ, ਆਪਦੀ ਭੂਆ ਨੂੰ ਮੂਹੇ ਮਰ ਜਾ ਲੈ, ਆ ਗਈ ਇਹ ਤਾਂ ਕੜਾਂ ਦੀ ਮੂਲ। ਬੰਦੇ ਤੈਨੂੰ ਖੁੱਲੇ ਹੈਗੇ ਕੁੱਤੇ, ਹਾਏ ਰੱਬਾ ਮੇਰੇ, ਹਾਏ ਲੈ ਦੇਖ ਲੈ ਕਿਵੇਂ ਕੁੱਤੇ ਪਰਖਦੀ ਹੈ। ਮੈਨੂੰ ਕੁੱਤੇ ਪਰਖਦੀ ਆ ਤੂੰ, ਉਹ ਤਾਂ ਮੈਂ ਤੂੰ ਹਾਕਾ ਮਾਰ ਦਿੱਤੀ, ਮਾਰ ਦਿੱਤੀ ਹਾਕਾ। ਮੰਮੀ ਭੂਆ ਦੀ ਜੀਭ ਫਿਸਲ ਜਾਂਦੀ, ਮੰਮੀ ਭੂਆ ਐ ਕਹਿੰਦੀ ਸੀ ਵੀ ਬੰਦੇ ਹੋ ਭਾਈ ਘਰੇ ਹੋ ਵੀ ਕੁੱਤਾ ਤਾਂ ਨੀ ਖੁੱਲਾ। ਕਾਨੂੰ ਨਿਕਲੇ ਬਹਿਬਤ ਕਰਦੀ ਆ, ਮੈਂ ਇਹਦੀ ਰਗ ਰਗ ਤੋਂ ਜਾਣੂਆ। ਮੈਨੂੰ ਹਟ ਗਿਆ, ਦੇਖਣੋ ਹਟ ਗਿਆ ਪੁੱਤ, ਨਾ ਦੇਖਣੋ ਤਾਂ ਹਟ ਗਿਆ ਤੇ ਬੋਲਣਾ ਵੀ ਤੈਨੂੰ ਭੁੱਲ ਗਿਆ। ਉਹ ਤਾਂ ਮੈਨੂੰ ਐ ਦੀ ਕੋਈ ਕੁੱਤਾ ਬਿੱਲਾ ਨਾ ਵੱਢ ਖਾਵੇ ਮੈਨੂੰ। ਹਾਂ ਵੱਢ ਖਾਵੇ, ਹੱਕਾ ਪਾ ਦਿੱਤੀ ਦਵਿੰਦਰ ਨੂੰ ਫਫੜੇ ਵਾਲੇ ਨੂੰ। ਕੁੱਤੇ ਬਿੱਲੇ ਤਾਂ ਇੱਥੋਂ ਡਰਦੇ ਨੇ। ਇੱਕ ਮਿੰਟ, ਉਹ ਚੱਲ ਭਾਈ ਤੂੰ ਐ ਕਹਿੰਦੇ ਕੁੜੀਆਂ ਨੂੰ, ਕੋਈ ਨਾ ਫਿਰ ਵੀ ਤੂੰ ਮੇਰੀ ਭਰਜਾਈ ਹੈ, ਫਿਰ ਕੀ ਹੋ ਗਿਆ, ਉਹਨੇ ਛੋਟੀ ਹੈ ਫਿਰ ਕੀ ਹੋ ਗਿਆ, ਉੱਚੀ ਲੈ ਕੇ ਜਾ ਕਰੇ ਨੀ। ਫਿਰ ਤੈਨੂੰ ਨੀ ਅਕਲ ਹੈਗੀ ਵੀ ਮੈਂ ਇੰਨੇ ਚ ਜਦੋਂ ਆਉਣੀ ਹੈ ਕਦੇ ਤੈਨੂੰ ਮਿੱਠਾ ਬੋਲ ਪਾ। ਉਹ ਮੈਂ ਹਾਏ ਰੱਬਾ ਮੈਂ ਤੈਨੂੰ, ਉਹ ਮੇਰੀ ਹੁਣ ਜਵਾਨ ਉੱਟਣ ਲੱਗ ਗਈ ਹੁਣ। ਉਹ ਭਾਈ ਇੰਨੀ ਜ਼ਿਆਦਾ ਵੀ ਨਾ ਜਵਾਨ ਨਾਲ ਟਾਇਆ ਕਰ, ਫਿਰ ਮੇਰੇ ਵੀ ਨੀ ਸਾਰੇ ਡੈਡੀ। ਭੂਆ ਦੀ ਉਮਰ ਹੋ ਗਈ, ਤੁਸੀਂ ਕਿਉਂ ਚੰਗੀ ਗੱਲ ਕਹਿਣਾ? ਮੇਰੀ ਗੱਲ ਸੁਣ ਬੇ ਮੁੰਡਿਆ, ਇਹਨੂੰ ਇੱਥੇ ਆਉਣ ਦੀ ਲੋੜ ਨੀ ਹੈਗੀ, ਇਹਨੂੰ ਉੱਥੇ ਨਾ ਅੰਬਰਸਰ ਪਾਗਲਖਾਨੇ ਚ ਉੱਥੇ ਦਾਖਲ ਕਰਾਓ ਇਹਨੂੰ। ਹਾਂ ਇਹਨੂੰ ਉੱਥੇ ਛੱਡਣ ਦੀ ਲੋੜ ਹੈ ਜਿੱਥੇ ਮਾਮੇ ਨੂੰ ਕਰਵਾਇਆ ਸੀ ਦਾਖਲਾ। ਬੜਾ ਨਾ ਬੋਲ, ਖੜ ਖੜ ਇੱਕ ਹੁਣ, ਕਿਹੜੇ ਅੰਬਰਸਰ ਦੀ ਗੱਲ ਕਰਦੀ ਤੂੰ? ਮੈਂ ਤੈਨੂੰ ਕਰਾਉਂਗੀ ਪੈਸਾ ਤਨਾਉਂਦੇ। ਹਾਂ ਉੱਥੇ ਕਰਾਉਂਗੀ ਤੈਨੂੰ, ਦੇਖ ਲੈ ਤੇਰਾ ਵੀ ਦਿਮਾਗ ਹਿੱਲ ਗਿਆ। ਮੇਰਾ ਤਾਂ ਦਿਮਾਗ ਸੈੱਟ ਹੈ ਜੈ ਵੱਡੀ, ਤੇਰਾ ਦਿਮਾਗ ਹਿੱਲੇਗਾ ਜਿਹਨੂੰ ਐ ਨੀ ਪਤਾ ਲੱਗਦਾ ਕੌਣ ਮੇਰਾ ਭੈਣ ਹੈ ਕੌਣ ਮੇਰਾ ਭਾਈ ਹੈ। ਮੈਂ ਤਾਂ ਗਾਲਾਂ ਖਾਣੀ ਮਾਂ ਭੈਣ ਦੀਆਂ। ਹਾਂ ਗਾਲਾਂ ਆ ਫਿਰ ਤਾਂ ਹੀ ਤਾਂ ਚਿੱਤਰ ਖਾਣੀ ਹੈ। ਇਹ ਗੱਲ ਨਹੀਂ ਕਰਨੀ, ਮੈਂ ਫੜ ਕੇ ਗੁਦਰੀ ਬਾਹਰ ਖਿੱਚ ਸੱਟ ਦੂ ਇਹਨੂੰ, ਕਹਦੇ ਇਹਦਾ ਮੂੰਹ ਸਵਾਲ ਮੇਰੇ ਮੱਥਾ ਕੁੱਟ ਦੂ ਮੈਂ। ਹਾਂ ਜਿਆਦੇ ਚੰਬਲੀ ਹੈ ਤੈਨੂੰ ਕੋਈ ਟੱਕਰਾ ਨਹੀਂ ਹੋਣਾ ਚਾਹੀਦਾ। ਅੰਦਰ ਚੱਲ ਦੇ, ਮੇਰੀ ਮੰਮੀ ਕਹਿੰਦੀ ਮੈਂ ਹੁਣ ਦੋ ਚਾਰ ਦਿਨ ਪਿੰਡ ਲੈਣਾ। ਮੰਮੀ ਕਿਉਂ ਜਾਵਾਂ ਛੱਡ ਕੇ ਜਾਵਾਂ? ਮੈਂ ਤੇਰਾ ਕਹਿਣਾ ਉਹਦੀ ਮਿਲ ਲੈਣਾ।
ਖਾਣ ਤਾਂ ਦੇਵਾਂਗੇ ਆ ਜਾ ਭੂ ਆ ਜਾ ਕੁਝ ਚੱਕ ਲਾਂਗਾ ਤੈਨੂੰ ਮੈਂ ਬੇਸ਼ਰਮ ਮੇਰਾ ਦਿਮਾਗ ਚੱਟ ਜਾਂਦੀ ਹੈ ਕਿੱਥੇ ਕਮਲਿਆਂ ਦੇ ਲਾਣੇ ਚ ਮੇਰਾ ਬਾਹ ਪੈ ਗਿਆ ਹੋਰ ਕੀ ਜਾਣਾ ਇਹਨੂੰ ਤੀਜੇ ਦਿਨ ਇੱਥੇ ਬਿਠਾ ਦੇ ਜੇ ਤੂੰ ਸਿਆਣਾ ਹੋਵੇ ਇਹਨੂੰ ਕਹੇ ਵੀ ਭਾਈ ਆਪਦੇ ਘਰੇ ਰਹੇ ਜਾ ਬਾਗ ਜਾ ਚਾਹ ਦੀ ਘੁੱਟ ਫੂਕ ਦੇ ਉਹਨੂੰ ਹੁਣ ਝੁਲਸ ਲੂਗੀ ਮੈਥੋਂ ਨੀ ਇਹਨੂੰ ਲੱਗਦੀਆਂ ਪਲੇਟਾਂ ਸਿੱਧਰੀ ਕਿਸੇ ਥਾਂ ਦੀ ਦੱਸ ਤੂੰ ਕਾਹਤੇ ਆ ਗਈ ਆ ਔਖੀ ਜੀ ਲੱਗਦੀ ਆ ਮੈਨੂੰ ਤਾਂ ਤੂੰ ਬਹੁਤ ਜਾਵੇ ਮੈਂ ਤੇ ਲੋ ਜਾ ਇੱਥੇ ਬਹਿ ਜਾ ਦਾਦੀ ਬਹਿ ਜਾ ਤੂੰ ਕਾਹਤੇ ਆਈ ਹੈ ਮੈਂ ਤਾਂ ਦੇਖਦੀ ਹਾਂ ਉਹ ਕੀ ਕਹਿੰਦੇ ਨੇ ਪੁੱਤੋ ਨੂੰ ਉਹ ਬੰਬੂ ਘਾਟ ਮੈਂ ਤਾਂ ਤੂੰ ਉੱਡਣ ਖਟੋਲਾ ਕਹਿੰਦੀ ਸੀ ਉੱਡਣ ਖਟੋਲਾ ਹਾਂ ਉੱਡਣ ਖਟੋਲਾ ਕਟੇਰੇ ਤੇ ਕਿਉਂ ਪੰਗਾ ਲਿਆ ਸਾਡ ਤਾਂ ਟੋਬੇ ਫੁੱਕ ਹੋਏ ਪਏ ਦੇ ਜੇ ਤੈਨੂੰ ਕਾਸੇ ਚ ਦੇਗ ਦਿੰਦਾ ਕੀ ਕਰਦੀ ਮੇਰੇ ਤੇ ਲੈ ਕੇ ਕੀ ਕਰਦੀ ਜਿੱਦ ਦੀ ਮੈਂ ਦੱਸਦੀ ਕੀ ਕਰਦੀ ਮੈਂ ਦੁੱਖ ਸੁੱਖ ਕਿਹਦੇ ਕੋਲੇ ਕਰਦੀ ਓ ਹਰਬਾ ਚੁੱਪ ਕਰ ਜਾ ਕੱਲੀ ਤੀ ਐ ਮੇਰੇ ਲੈ ਦੇ ਕੇ ਹੈ ਮੈਂ ਕਿਹਦੇ ਲਵੇ ਦੁੱਖ ਸੁੱਖ ਕਰਦੀ ਜੇ ਕਟੋਬਾ ਚ ਡੁੱਬ ਜਾਂਦਾ ਉਡਣ ਕਟੋਰਾ ਚੱਜ ਦੀ ਚੀਜ਼ ਤੇ ਤਤੂ ਆਉਂਦੀ ਬੱਸਾਂ ਲੱਗ ਰਹੀਆਂ ਨੇ ਐਨੀ ਮੇਰੀ ਗੱਲ ਸੁਣ ਕਿਰਾਏ ਬੰਦ ਨੇ ਬਿੰਦੇ ਬਿੰਦੇ ਸਰਕਾਰੀ ਬੱਸਾਂ ਤੇ ਕਰਿਆ ਕੀ ਇਹ ਮੈਂ ਤਰਸਦੀ ਮੈਂ ਕਿਹਦੇ ਲਵੇ ਦੁੱਖ ਸੁੱਖ ਕਰਦੀ ਕੰਜਰ ਦੀ ਧੀ ਇਹ ਮੇਰੀ ਮਾਂ ਮੇਰੀਏ ਮੇਰੇ ਕੋਲ ਆਧਾਰ ਕਾਰਡ ਨਹੀਂ ਹੈਗਾ ਸਿਆਪਾ ਕਿਉਂ ਨਾ ਬਣਾਇਆ ਤੈਂ ਮੈਂ ਉਹ ਕਾਰਨ ਸਾਨੂੰ ਮਾਵਾ ਤੇ ਗੱਲਾਂ ਕਰ ਲੈਣ ਤੂੰ ਉਧਰ ਜਾ ਗੱਲ ਕਰਨੀ ਆ ਵਿੱਚ ਮੈਂ ਗੱਲ ਮੇਰੇ ਆ ਬੰਮਣ ਕਠੋਲਾ ਖੜੀ ਕੀ ਆਖਿਆ ਕਠੋਲਾ ਉਹਦੇ ਬ੍ਰੇਕਾਂ ਲੱਗਣੀ ਸਿੱਧੀ ਭਾਈ ਫਾਪੜ ਅੱਗੇ ਬ੍ਰੇਕਾਂ ਲੱਗੀਆਂ ਕੰਧ ਤੇ ਲੱਗੀ ਆ ਕੇ ਮੇਰਾ ਚੂਹਾ ਹਿੱਲ ਗਿਆ ਐਤਕੀ ਤਾਂ ਤੇ ਗਲਤੀ ਕਰ ਲਈ ਐਤਕੀ ਤਾਂ ਚੂਹੇ ਤੇ ਹੀ ਸਰ ਗਿਆ ਗਾਹਾਂ ਨੂੰ ਤੇਰੀ ਜਾਨ ਜਿੰਦੀ ਜਾਊਗੀ ਅੱਛਾ ਸਮਝ ਗਈ ਹੈ ਗਾਹਾਂ ਵਾਸਤੇ ਮੈਂ ਐਡੀ ਗਲਤੀ ਕਰ ਲਈ ਹੋਰ ਦੱਸ ਮੈਨੂੰ ਜਿਹੜੀ ਗਲਤੀ ਹੋ ਗਈ ਠੀਕ ਆ ਘਰੇ ਦੱਸ ਮੇਰੀਆਂ ਦੋਹੇ ਤਨੂਆ ਮੇਰੇ ਦੋ ਤੇ ਮੇਰਾ ਜਮਾਈ ਕਿਵੇਂ ਤੇ ਸਭ ਬਾਗੋ ਬਾਗ ਨੇ ਸਾਗ ਕਰਦੇ ਨੇ ਪੂਰੀਆਂ ਅੱਛਾ ਵਧੀਆ ਸੇਵਾ ਕਰਦੇ ਨੇ ਆਹੋ ਆਹੋ ਔਰੀਆਂ ਖੁਸ਼ ਹੋ ਕੇ ਹਾਂ ਖੁਸ਼ ਹੋ ਕੇ ਤੋਰੀਆਂ ਘੁੱਡਣੇ ਕਟੋਰੇ ਤੂੰ ਹੀ ਚੜ ਗਈ ਤੋਰੀਆਂ ਮੈਂ ਖਾਧੀ ਨਹੀਂ ਆ ਖੁਸ਼ ਹੋ ਕੇ ਤੋਰੀਆਂ ਨੂਹਾਂ ਨੇ ਅੱਛਾ ਹਾਂ ਹਾਂ ਵਧੀਆ ਵੀ ਬਾਗ ਦਾ ਜਾਇਆ ਪੇਕੀ ਮਾਂ ਨੂੰ ਮਿਲਿਆ ਗੱਲ ਸੁਣ ਲੈ ਮੇਰੀ ਹਾਂ ਕਿਹੜੀ ਖੁਸ਼ ਹੋ ਕੇ ਤੋਰੀਆਂ ਮੈਂ ਅੱਛਾ ਇਦਾਂ ਮੈਂ ਨਪੁੱਤਾਂ ਦੀ ਸਾਈਕਲ ਤੇ ਆਈਆਂ ਅੱਛਾ ਉਹਨੂੰ ਉਡਣ ਕਟੋਰਾ ਕਹਿੰਦੀ ਆ ਓਹੋ ਦੇਖ ਲੈ ਮੇਰੀ ਧੀ ਦੇ ਗੱਲਾਂ ਦੇਖ ਲੈ ਮੈਂ ਤਾਂ ਉਈ ਡਰਾਤੀ ਆਪਦੀ ਮਾਂ ਦੇ ਹੌਲੀ ਪਾ ਦੇਣਾ ਤੀ ਵੀ ਜੇ ਸਾਡਾ ਟੋਬੇ ਦੇਖੀ ਤੈਨੂੰ ਦਿਖਾਉਂਗੀ
ਕੋਈ ਨੀ ਹਜੇ ਚਾਹ ਪਾਣੀ ਤਾਂ ਪੀ ਪਾਣੀ ਪਿਓਨੇ ਚਾਹ ਪਾਣੀ ਪੀ ਆਰਾਮ ਕਰ ਫੇਰ ਤੈਨੂੰ ਰੋੜੇ ਕੀ ਤੈਨੂੰ ਡਾਕਟਰ ਸੱਦੂਗੀ ਹਾਂ ਕਿਹੜਾ ਜਿਹੜਾ ਮਰਜ਼ੀ ਕਹੇਗੀ ਉਹ ਸਾਡਾ ਹਾਂ ਮੋਟਾ ਕਹੇ ਮੋਟਾ ਪਤਲਾ ਕਹੇ ਪਤਲਾ ਹੈ ਤੈਨੂੰ ਸੇਕਾ ਦਵਾ ਦਾਂਗੇ ਵਧੀਆ ਦਰਵਾਗੇ ਆਸ ਕਰਾ ਦਾਂਗੇ ਦਵਿੰਦਰ ਦਰਵਾਗੇ ਆਪਣਾ ਨਾ ਕਰ ਤੂੰ ਚਾਹ ਪਾਣੀ ਪੀ ਤੂੰ ਮੈਨੂੰ ਐ ਦੱਸ ਘਰੇ ਤੇਰੇ ਨਾਲ ਕਿਵੇਂ ਰਹਿੰਦੀਆਂ ਨੇ ਬਹੂਆਂ ਮੈਂ ਆਏ ਹਰਬ ਮੈਂ ਆਏ ਰਬ ਕੁੱਟ ਕੱਟ ਕੇ ਲੱਗਦੀਆਂ ਮੈਨੂੰ ਤਾਂ ਕੁਝ ਪਈ ਨਹੀਂ ਹੈ ਨਾ ਨਾ ਕਟੋਰੇ ਤੇ ਤਾਂ ਕੁਝ ਨਹੀਂ ਹੋਇਆ ਮੈਨੂੰ ਲੱਗਦਾ ਤੈਨੂੰ ਤਾਂ ਕੁੱਟ ਕੇ ਕੱਢੀਆਂ ਘਰੋਂ ਨਾ ਨਾ ਪੁੱਤ ਵੱਡੇ ਗਿੱਟੇ ਤਾਂ ਤੇਰੇ ਕੀ ਹਾਲ ਹੋਇਆ ਪਿਆ ਕੋਈ ਨਾ ਕੋਈ ਨਾ ਐ ਸੱਚ ਦੱਸ ਮੈਨੂੰ ਜੇ ਮੇਰੀ ਧੀ ਹੈ ਕੋਈ ਨਾ ਮਾਵਾਂ ਧੀਆਂ ਦਾ ਪੜਦਾ ਹੁੰਦਾ ਆਹੋ ਸੱਚ ਦੱਸ ਮੈਨੂੰ ਤੇਰੇ ਨਾਲ ਕੀ ਬਣੀ ਹੈ ਬਣਨਾ ਕੀ ਤੀ ਹਾਂ ਸੱਚ ਦੱਸ ਮੈਨੂੰ ਝੂਠ ਨਾ ਬੋਲੀ ਨਾ ਪੁੱਤ ਮੈਂ ਤੇ ਝੂਠ ਬੋਲੂ ਹਾਂ ਹਾਏ ਰੱਬਾ ਪੜਦਾ ਨਹੀਂ ਮਾਂ ਤੋਂ ਰੱਖੀਦਾ ਹੁੰਦਾ ਉਹ ਬਜ਼ਾਰਾ ਕਿੱਥੇ ਆ ਦਵਿੰਦਰ ਨੂੰ ਬੁਲਾ ਲਾ ਦਵਿੰਦਰ ਨੂੰ ਵੇ ਦਵਿੰਦਰਾ ਉਰੇ ਆਈ ਪੁੱਤ ਉਰੇ ਪੁੱਤੇ ਵੇ ਮੁੰਡਾ ਆ ਗਿਆ ਹਾਂ ਭੂਆ ਹਾਏ ਹਾਂ ਦਾਦੀ ਇਹ ਤਾਂ ਕੁੱਟ ਕੇ ਤੋਰੀ ਹੈ ਤੇਰੀ ਭੂਆ ਤਾਂ ਨੂਹਾਂ ਨੇ ਕੁੱਟੀ ਹੈ ਆ ਦੇ ਗੋਡੇ ਤੇ ਦੇਖ ਆਏ ਕਰੀ ਜਾਂਦੀ ਹੈ ਕੋਈ ਨਾ ਕੋਈ ਮੇਰੀ ਗੱਲ ਸੁਣ ਦਾਦੀ ਮੰਮੀ ਨੂੰ ਨਾ ਦੱਸੀ ਵੀ ਭੂਆ ਨੂੰ ਕੁੱਟ ਕੇ ਕੱਢਿਆਗਾ ਚਲ ਇਹਦੇ ਨਾਲ ਤਾਂ ਆਪਣੇ ਦੋਨਾਂ ਚ ਦਾਦੀ ਪੁੱਤ ਚ ਗੱਲ ਹੈ ਉਹ ਤਾਂ ਪਹਿਲੀ ਹੈ ਗੱਲ ਨਾ ਕਰੀ ਇਹਨਾਂ ਨੂੰ ਮਗਾ ਲਿਆ ਧੀਆਂ ਨੂੰ ਤਾਂ ਮਸਾਂ ਨੰਡਾਂ ਦੀ ਗੱਲ ਇੱਥੇ ਹੁੰਦੀ ਹੈ ਹਾਂ ਉਹ ਤਾਂ ਮੇਰੇ ਤੇ ਫਿਰ ਕੰਟਰੋਲ ਕਰੂਗੀ ਉਹ ਤਾਂ ਚੱਕ ਲੈਂਦੇ ਨੇ ਗੱਲ ਨੰਡਾਂ ਦੀ ਗੱਲ ਨੂੰ ਤਾਂ ਐ ਫੜਦੀਆਂ ਨੇ ਉਹ ਵੇਹ ਕੜਾ ਵਾਂਗੂ ਲੈਂਦੀਆਂ ਨੇ ਕੋਈ ਨਾ ਭਾਈ ਮੇਰੀ ਆਪਣੇ ਤੇ ਨਾ ਤਿੰਨਾਂ ਚ ਗੱਲ ਹੈ ਆਪਣੇ ਚ ਹਾਂ ਭੂਆ ਦੀ ਤੇਰੀ ਦੀ ਮੇਰੀ ਘਰ ਵਾਲੀ ਨੂੰ ਵੀ ਨਾ ਦੱਸੀ ਨਾ 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 ਤਾਂ ਫਿਰ ਮੈਂ ਭੂਆ ਤੈਨੂੰ ਮਿਲਵਾਉਣਾ ਪਹਿਲਾਂ ਤਾਂ ਮੇਰੀ ਘਰ ਵਾਲੀ ਨਾਲ ਹਾਂ ਉਹਦੇ ਨਾਲ ਮਿਲਵਾ ਕੇ ਫਿਰ ਮੈਂ ਅੱਬੂ ਡਾਕਟਰ ਕੋਲ ਲੈ ਜਾਂਦੇ ਨੂੰ ਠੀਕ ਹੈ ਠੀਕ ਹੈ ਡਾਕਟਰ ਦੇ ਉਹ ਕਿ ਫਿਜ਼ੀਓਥੈਰੇਪੀ ਕੀ ਹਾਂ ਉਹ ਕਰ ਦੂਗਾ ਵਿਚਾਰੀ ਦੇ ਤੇਰੇ ਭੂਆ ਦਾ ਤੂੰ ਹੀ ਪੁੰਨ ਲੈ ਮੇਰਾ ਪੁੱਤ ਹੱਥ ਬੰਨੀਆਂ ਤੇਰੇ ਮੂਰੇ ਨਾ ਦਾਦੀ ਹੱਥ ਨਾ ਬੰਨ ਮੇਰੇ ਮੂਰੇ ਤੂੰ ਮੇਰੀ ਦਾਦੀ ਤੂੰ ਮੇਰੇ ਮਸਾਂ ਦੇਖੀ ਦੀ ਇਹ ਤੇਰੀ ਸੇਵਾ ਦਿਨ ਰਾਤ ਕਰੂ ਇੰਨੀ ਸੇਵਾ ਕਰੂ ਤੇਰੀ ਸਾਰੇ ਮਾਨਸਾ ਚ ਬੱਲੇ ਬੱਲੇ ਹੋਈ ਪਈ ਹੈ ਹਾਂ ਤੇਰੀ ਸੇਵਾ ਬਹੁਤ ਕਰੂਗਾ ਆ ਮੇਰਾ ਤਾਂ ਮੱਚ ਗਿਆ ਜਿਹੜਾ ਹੈਗਾ ਤੀ ਦੋ ਸਟਾਂਕ ਖੂਨ ਉਹ ਵੀ ਮੇਰੀ ਗੱਲ ਮੇਰੀ ਅੱਖੀਆਂ ਤੇ ਅੱਜ ਜਿਹੜਾ ਪਾਣੀ ਆਉਂਦਾ ਇਹਦੀ ਸੌ ਲੱਗੇ ਇਹਨੇ ਇੱਕ ਦਿਨ MLA ਬਣਨਾ ਇੱਥੇ ਦਾ ਮਾਨਸੇ ਦਾ ਕਿੰਨਾ ਸਭ ਕਰਦਾ ਅਸੀਂ ਹੈਗੇ ਆ ਅਸੀਂ ਹੈਗੇ ਆ ਚਲੋ ਠੀਕ ਹਾਂ ਅਸੀਂ ਹੋ ਗਏ ਮੇਰੀ ਗੱਲ ਸੁਣ ਮੈਂ ਇਹਨੂੰ ਦਾਦੀ ਪਹਿਲਾਂ ਮੇਰੀ ਘਰ ਵਾਲੀ ਨਾਲ ਮਿਲਵਾ ਦਾਂ ਫਿਰ ਐਂ ਕਹੂਗੀ ਮੇਰੀ ਮੰਮੀ ਵੀ ਕਿੱਧਰ ਲੈ ਗਿਆ ਐਂ ਮਾਰ ਜੂ ਮੈਂ ਵੀ ਮੰਮੀ ਇਹਨੂੰ ਉਹ ਮਾਸੀ ਦੇ ਘਰੇ ਲੈ ਕੇ ਆਣਾ ਨਾਲ ਤਾਂ ਆਪਣੇ ਮਾਸੀ ਕੇ ਤੈਨੂੰ ਮਾਸੀ ਕੇ ਮਲਵਾ ਲਿਆਉਂਗਾ ਤੇ ਨਾਲੇ ਹੈ ਦਾਦੀ ਤੇ ਨਾਲੇ ਭੂਆ ਤੈਨੂੰ ਮੈਂ ਮੇਰੀ ਘਰ ਵਾਲੀ ਨਾਲ ਮਿਲਵਾਉਣਾ ਕਿਸੇ ਲਵੇ ਗੱਲ ਨਹੀਂ ਕਰਨੀ ਤੇ ਵੀ ਤੈਨੂੰ ਡਾਕਟਰ ਦਵਾਈ ਦਵਾ ਕੇ ਲੈ ਨਹੀਂ ਮੈਂ ਨਹੀਂ ਬਹੁਤ ਗੱਲ ਕਰਨੀ ਤੂੰ ਵੀ ਆਉਂਦੀ ਮੰਮੀ ਲੋ ਤੇ ਮੈਨੂੰ ਤੁਹਾਡੇ ਕੁੱਤੇ ਦੇ ਬੀਹ ਦੀ ਸੌਂ ਲੱਗੇ ਕੁੱਤੇ ਦੀ ਬੀਹ ਜਿਹੜੀ ਤੁਹਾਡੀ ਕੁੱਤੇ ਦੀ ਹਾਂ ਕੁੱਤੇ ਜਿੱਥੇ ਕੁੱਤੇ ਉਹ ਵਹਿਲੇ ਨੇ ਕਰਦੇ ਨੇ ਚੱਲ ਆ ਜਾ ਮੈਂ ਕਦੀ ਕਦੀ ਹੱਸ ਆ ਜਾਂਦਾ ਮੈਨੂੰ ਮਲੇ ਆ ਰਿਹਾ ਹੌਲੀ ਹੌਲੀ ਲੈ ਕੇ ਜਾਈ ਆਰਾਮ ਕਰ ਆਰਾਮ ਕਰ ਹੌਲੀ ਹੌਲੀ ਲੈ ਕੇ ਜਾਈ ਉਹਨਾਂ ਤੇ ਚਿੰਤਾ ਕਰ ਕੋਈ ਚਿੰਤਾ ਤਾਂ ਪੁੱਤ ਧੀਆਂ ਦੀ ਹੁੰਦੀ ਹੈ ਉਹ ਤੇਰੀ ਧੀ ਮੇਰੀ ਵੀ ਭੂਆ ਲੱਗਦੀ ਹੈ ਮਾਵਾਂ ਨੂੰ ਬਾਰੇ ਚਿੰਤਾ ਹੁੰਦੀ ਹੈ ਦਾਦੀ ਭਜਰਾ ਹਾਏ ਥੋੜੇ ਜਿਹਾ ਤਾਂ ਕੰਮ ਹੁੰਦੇ ਨੇ ਘਰ ਦੇ ਲੋਕ ਪਤਾ ਨਹੀਂ ਕਿਉਂ ਨੌਕਰ ਰੱਖ ਲੈਂਦੇ ਆ ਹਾਂ ਅਸੀਂ ਤਾਂ ਕੰਮ ਨਹੀਂ ਹੁੰਦੇ ਸਾਡੇ ਤੋਂ ਤਾਂ ਹੱਥ ਪੈਰ ਦੁਖਦੇ ਆ ਬਸ ਚੱਲ ਮੈਨੂੰ ਤਾਂ ਜਿੰਨਾ ਟਾਈਮ ਆਪਣਾ ਕੰਮ ਕਰਾਂ ਮੇਰੇ ਤਾਂ ਮਨ ਹੀ ਨਹੀਂ ਲੱਗਦਾ ਵਧੀਆ ਹੀ ਲੱਗਦਾ ਕਿਸੇ ਦਾ ਕੰਮ ਕਰਿਆ ਹੋਇਆ ਹਾਏ 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 ਰੱਬਾ
ਗੱਲਾਂ ਸੁਣ ਕੇ ਆਪਾਂ ਧੀਆਂ ਪੁੱਤਾਂ ਨੂੰ ਜੰਮਦੇ ਆ, ਪਾਲਦੇ ਆ, ਪੜ੍ਹਾਉਂਦੇ ਆ, ਵਿਹਾਉਂਦੇ ਆ, ਆਹ ਦੇਖ ਲੈ ਘਰੋਂ ਕੱਢਤੀ ਕੁੱਟ ਮਾਰ ਕੇ, ਬਹੂਆਂ ਦੇ ਬਣ ਕੇ ਬਹਿ ਗਏ ਮੁੰਡੇ ਵੀ, ਕੀ ਕਰਾਂ ਹੁਣ ਮੈਂ, ਜਾਣ ਨੀ ਦਿੰਦੀ ਇਹਨੂੰ ਜੇ ਮੇਰੇ ਆਖੇ ਲੱਗੂਗੀ ਹੁਣ ਤਾਂ ਮੈਂ ਆਪਦੇ ਕੋਲ ਹੀ ਰੱਖੂਗੀ, ਹੁਣ ਨੀ ਜਾਣ ਦਿੰਦੀ, ਮੇਰਾ ਪੋਤਾ ਬਥੇਰਾ ਚੰਗਾ, ਡਾਕਟਰ ਨੂੰ ਲਿਆ ਦੂਗਾ ਹੁਣ ਠੀਕ ਕਰਾ ਦੂਗਾ, ਇਹਨੂੰ ਦਵਾਈ ਬੂਟੀ ਦਵਾ ਕੇ, ਮੈਨੂੰ ਕੀ ਫਿਕਰ ਹੈ, ਉਰੇ ਤਾਂ ਮੈਨੂੰ ਪੂਰਾ ਫਿਕਰ ਨੀ, ਮੇਰਾ ਪੋਤਾ ਵਾਲਾ ਰੱਬ ਦੇ ਦਿੱਤਿਆ ਖਾਣ ਵਾਲਾ ਸਤਿਯੁਗ ਦਾ ਜੰਮਿਆ, ਧੀਆਂ ਦੇ ਆਹੀ ਦੁੱਖ ਵਾਰਦੇ ਨੇ, ਹੋਰ ਧੀਆਂ ਕੀ ਰਾਤ ਨੂੰ ਉੱਠ ਕੇ ਖਾਂਦੀਆਂ ਨੇ, ਅਗਲਾ ਕਹਿੰਦਾ ਹਾਏ ਕੁੜੀ ਹੋ ਗਈ, ਐਡਾ ਹੌਕਾ ਲੈਂਦੇ ਆ ਜਦੋਂ ਧੀ ਜੰਮਦੀ ਹੈ, ਆਹੀ ਦੁੱਖ ਨੇ, ਹੋਰ ਧੀਆਂ ਦੇ ਕੋਈ ਦੁੱਖ ਨੀ ਆਈ, ਜਿਹਦੀ ਧੀ ਸੌਖੀ ਨਾ ਸਾਰੀਆਂ ਕੁਲਾਂ ਹੀ ਸੌਖੀਆਂ ਨੇ। ਮੈਂ ਪਹਿਲਾਂ ਭੂਆ ਨੂੰ ਚਾਹ ਬਣਾ ਕੇ ਦੇ ਦੇਣੀ, ਫਿਰ ਲੈ ਜਾਇਓ ਤੁਸੀਂ ਡਾਕਟਰ ਦੇ। ਪ੍ਰਵੀਨ ਤੂੰ ਮੇਰੀ ਗੱਲ ਸੁਣ, ਜਵਾਕ ਵਾਲੇ ਕੰਮ ਨਾ ਕਰ, ਭੂਆ ਦੀ ਢੂਹੀ ਬਾਹਲੀ ਦੁਖੀ ਜਾਂਦੀ ਹੈ, ਪਹਿਲਾਂ ਮੈਂ ਭੂਆ ਨੂੰ ਨਾ ਬੁੜਾ ਟਕੋਲ ਲਿਜਾ ਕੇ ਇਹਦੇ ਫਿਜ਼ੀਓਥੈਰੇਪੀ ਕਰਵਾ ਲਵਾਂ, ਠੀਕ ਹੈ, ਇਦੂ ਬਾਅਦ ਤੂੰ ਚਾਹ ਦੀ ਮੰਮੀ ਨੂੰ ਦੱਸੀ ਨਾ, ਫਿਰ ਤੈਨੂੰ ਪਤਾ ਮੰਮੀ ਲੜਦੀ ਹੈ ਤੇ ਕੌਣ ਹੁੰਦੀ ਆ ਉਹ। ਚੱਲ ਕੋਈ ਨਾ, ਤਾਂ ਮੈਂ ਨਹੀਂ ਦੱਸਦੀ, ਤੁਸੀਂ ਐਂ ਕਰਿਓ ਜਾਂਦੇ ਹੋਏ ਨਾ ਮਾਸੀ ਕੇ ਮਿਲਾ ਲਿਓ ਇਹਨਾਂ ਨੂੰ। ਜਾਂਦੇ ਹੋਈ ਨਹੀਂ ਮੈਂ ਜਾਂਦਾ, ਜਾਂਦੇ ਹੋ ਤਾਂ ਪਹਿਲਾਂ ਫਿਰ ਡਾਕਟਰ ਦੀ ਭੀੜ ਹੋ ਜਾਂਦੀ ਹੈ, ਆਉਂਦੇ ਹੋਏ ਮੈਂ ਮਾਸੀ ਕੇ ਮਿਲਾ ਲਿਓ। ਹਾਂ ਚੱਲ ਐਂ ਕਰ ਲਿਓ। ਹੁਣ ਤੈਨੂੰ ਪਤਾ ਨਾ ਮਾਸੀ ਆਪਣੇ ਆਉਂਦੀ ਹੈ ਨਾ ਮੰਮੀ ਉਹਨਾਂ ਦੇ ਜਾਂਦੀ ਹੈ, ਪਰ ਭੂਆ ਤਾਂ ਫਿਰ ਸਾਂਝੀ ਹੈ ਨਾ ਭੂਆ, ਤੂੰ ਤੇ ਹੱਕ ਬੰਦ ਜਾਣ ਦਾ, ਜਿੰਨਕ ਸਾਡਾ ਲਹੂ ਪੀਣੀ ਉਹਨਾਂ ਦਾ ਵੀ, ਆਹ ਮਤਲਬ ਜਿੰਨਕ ਸਾਨੂੰ ਪਿਆਰ ਕਰਦੀ ਉਹਨਾਂ ਨੂੰ ਵੀ ਪਿਆਰ ਕਰ। ਸਾਂਝੀ ਬਿੱਲੀ ਹੈ ਮੈਂ, ਸਾਂਝੀ ਬਿੱਲੀ ਹੈ, ਸਾਂਝੀ ਬਿੱਲੀ, ਚੱਲ ਲੈ ਜਾ ਤੁਸੀਂ ਪਹਿਲਾਂ ਭੂਆ ਨੂੰ ਦਵਾਈ ਦਵਾ ਦਿਓ। ਚੰਗਾ ਪੁੱਤ ਮੇਰਾ, ਠੀਕ ਆ, ਤੁਹਾਡੇ ਨੂੰ ਚਾਹ ਬਣਾ ਕੇ ਰੱਖ ਦਿਆਂ। ਬਣਾ 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 ਲੈ ਚਾਹ, ਐਂ ਕਰੀ ਸੌਂਪਾ ਦੀ, ਮਾੜੀ ਸੌਂਪਾ ਦੀ। ਹਾਂ ਕੋਈ ਗੱਲ ਯਾਰ, ਤੂੰ ਘੱਟ ਹੀ ਆਉਂਦੀ ਬਣਾਉਣੀ ਨਹੀਂ ਚਾਹ, ਕੋਈ ਆਪੇ ਕਰ ਤੂੰ ਕੀ, ਚੱਲ ਭੱਜ ਲੈ। ਹਾਂ ਬਣਾ ਲੈ ਫਿਰ। ਮਾਤਾ ਜੀ ਤੁਹਾਨੂੰ ਆਰਾਮ ਆਈ ਹੋਣੀ। ਹਾਂ ਪੁੱਤ, ਰੱਬ ਤੇਰੇ ਪਤਾਲ ਚ ਜੜਾ ਲਾਵੇ, ਮੈਨੂੰ ਕਿਸੇ ਨੇ ਦੱਸ ਪਾਈ ਸੀਗੀ ਵੀ ਤੁਸੀਂ ਅੱਬੂ ਕੋਲੇ ਜਾਓ, ਮੈਨੂੰ ਤਾਂ ਕਿਤੋਂ ਪੁੱਤ ਆਰਾਮ ਨਹੀਂ ਆਇਆ ਹੈਗਾ ਗਾ। ਹਾਂਜੀ, ਤੇ ਤੇਰੇ ਕੰਮ ਤੋਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ, ਮੈਨੂੰ ਤਾਂ ਲੱਗਦਾ ਵੀ ਮੇਰਾ ਹੁਣ ਕੁਛ ਵੀ ਨਹੀਂ ਦੁਖਦਾ ਹੈਗਾ ਗਾ। ਕੋਈ ਨਹੀਂ, ਮੈਂ ਤੁਹਾਡੇ ਤਿੰਨ ਵਾਰੀ ਥੈਰੇਪੀ ਲਾਤੀ, ਫਿਰ ਤੁਸੀਂ ਦੋ ਇੱਕ ਦਿਨਾਂ ਬਾਅਦ ਫੇਰ ਲਵਾ ਲਿਓ, ਠੀਕ ਹੈ? ਜਾਂਦਾ ਰਹਿ ਪੁੱਤ, ਜਾਂਦਾ ਰਹਿ, ਰੱਬ ਤੇਰੀਆਂ ਵੱਡੀਆਂ ਉਮਰਾਂ ਕਰੇ। ਹਾਂ, ਤੇਰੀ ਕਮਾਈ ਚ ਵਾਧਾ ਪਾਵੇ। ਮੇਰੀ ਗੱਲ ਸੁਣੋ ਮਾਤਾ, ਤੁਹਾਡੇ ਤਿੰਨ ਫਿਜ਼ੀਓਥੈਰੇਪੀਆਂ ਹੋ ਗਈਆਂ, ਤੁਹਾਡੀਆਂ ਦੋ ਰਹਿ ਗਈਆਂ, ਚੰਗਾ ਤੁਸੀਂ ਬਾਅਦ ਚੋਂ ਆ ਕੇ ਲਵਾ ਦਿਓ, ਪੈਸੇ ਪੂਸੇ ਦੀ ਚਿੰਤਾ ਨਾ ਕਰਿਓ। ਕੋਈ ਨੀ ਪੁੱਤ, ਕੋਈ ਨੀ, ਜਿੱਥੇ ਇੰਨੇ ਰੁਪਈਏ ਡਾਕਟਰਾਂ ਨੂੰ ਦੇਤੇ, ਤੈਨੂੰ 100 ਰੁਪਈਆ ਦੇਣਾ ਮੈਨੂੰ ਕੀ ਔਖਾ। ਚਲੋ ਉਹ ਤਾਂ ਕੋਈ ਨੀ, ਬਸ ਇਸ ਚੀਜ਼ ਦੀ ਘੋਲ ਨਾ ਕਰਿਓ। ਨਾ ਕੋਈ ਨੀ ਪੁੱਤ, ਜਾਂਦਾ ਰਹਿ, ਜਾਂਦਾ ਰਹਿ ਤੂੰ। ਆ ਜਾ ਭੂਆ, ਆ ਜਾ, ਆ ਜਾ, ਮੇਰਾ ਦੋਸਤ ਹੀ ਹੈ ਅੱਬੂ। ਅੱਛਾ, ਸਤਿ ਸ੍ਰੀ ਅਕਾਲ ਭੂਆ। ਅੱਛਾ ਪੁੱਤ ਮੇਰਿਆ, ਜਿਹੜੇ ਤਾਂ ਇਹ ਡਾਕਟਰ ਅੱਬੂ ਤੋਂ ਫਫੜੇ ਵਾਲੇ ਤੋਂ ਦਵਾਈ ਲੈਤੀ ਆ, ਆਰਾਮ ਆ ਤੈਨੂੰ? ਮੈਨੂੰ ਤਾਂ ਬਾਹਲਾ ਹੀ ਆਰਾਮ ਹੈ ਭੂਆ। ਮੈਂ ਤਾਂ ਪੁੱਤ ਕੀ ਕਰਾਂ, ਮੈਂ ਤਾਂ ਬਹੁਤ, ਮੈਨੂੰ ਤਾਂ ਜਮਾ ਰਾਜੀ ਕਰਤਾ ਮੁੰਡੇ ਨੇ, ਐਡਾ ਨਰਮ ਹੈ, ਨਾਲੇ ਪੈਸੇ ਨੀ ਵੱਧ ਲੈਂਦਾ ਗਾ, ਸੌਂਗਾ ਸੌਂ ਲੱਗੇ, ਮੈਨੂੰ ਤਾਂ ਬਾਹਲਾ ਹੀ ਵਧੀਆ ਹੈ। ਹਾਂ ਹਾਂ, ਨਾ ਵੀ ਇੱਕ ਵੇਲੇ ਦੇਂਗੀ ਇਹ, ਤਾਂ ਵੀ ਤੈਨੂੰ ਕੁਛ ਨੀ ਕਹਿੰਦਾ ਹੈਗਾ। ਪੁੱਤ ਮੇਰੇ, ਜਵਿੰਦਰ ਪੁੱਤ ਮੇਰੇ, ਵੱਡਾ ਛੋਟਾ ਦੇਖ ਲੈਂਦਾ ਭੂਆ, ਕੋਈ ਗੱਲ ਨੀ, ਕੋਈ ਗੱਲ, ਮੈਂ ਤੈਨੂੰ ਕਹਿ ਤਾ ਵੀ ਬਾਹਲਾ ਨਰਮ ਹੈ ਮੇਰਾ ਦੋਸਤ ਆ ਉਹ। ਮੈਂ ਤੇਰੀ ਮੂਵੀ ਵਾਹੀਆਂ ਦੇਖਣਾ ਛੋਟੇ ਹੁੰਦੇ ਦਾ, ਜਿਉਂਦਾ ਰਹਿ।
ਆਇਆ ਭੂਆ ਇੱਥੇ ਆਇਆ ਮੈਂ ਚੱਕਣੀ ਪੂ ਮੈਨੂੰ ਲੱਗਦਾ ਭੂਆ ਨੀ ਖੜੀ ਹੁੰਦੀ ਨਾ ਨਾ ਹੋ ਜੂ ਖੜੀ ਬੜੀ ਸਿਆਣੀ ਸਾਡੀ ਭੂਆ ਖੜ ਜਾ ਬਾਗੋ ਬਾਗਾ ਬਸ ਚੰਗੀ ਘਰ ਹੁਣ ਆਪਾਂ ਪੈਸਾ ਦੇ ਦੇਣ ਤੇਰੀ ਕਿੰਨੀ ਕਿੰਨੀ ਕੀ ਕਹਿੰਦੇ ਫੀਸ ਕੌਣ ਫੀਸ ਦਾ ਪੂਰਾ ਬਾਅਦ ਚੋਂ ਲੈਣਾ ਹੈ ਕੌਣ ਨੀ ਇੱਕ ਦੋ ਵਾਰੀ ਕਰੀ ਹੋਰ ਲਵਾ ਜੇ ਤੈਨੂੰ ਆਰਾਮ ਆ ਕੇ ਮੈਂ ਬਾਅਦ ਚੋਂ ਪੈਸੇ ਲੈ ਬੂਰਨਾ ਮਤ ਜਾ ਮੈਂ ਨਹੀਂ ਮੁੜ ਕੇ ਆਉਂਦੀ ਪਤਾ ਕੀ ਲਾਖਾ ਤਾਂ ਆ ਰਾਜੀ ਹੋ ਕੇ ਜਾਵੇ ਬਾਬਾ ਜੀ ਦਾ ਬਾਬਾ ਬਹਿਲੋ ਜੀ ਦਾ ਨਾਂ ਲਿਆ ਕਰ ਚੰਗਾ ਭੂਆ ਜੀ ਮਜ਼ਦੂਰੇ ਬੈਠੀ ਨੂੰ ਸਾਰਾ ਪਤਾ ਲੱਗੀ ਜਾਂਦਾ ਕਿਹੜੇ ਵੇਲਿਆਂ ਦੇ ਲੱਗ ਰਹੇ ਹੋ ਉਹ ਦੇਖ ਦਵਿੰਦਰ ਦੀ ਨਾ ਭੂਆ ਆਈ ਸੀ ਭੈਣ ਮੇਰੀ ਅੱਛਾ ਉਹ ਆਈ ਹੋਏ ਮੈਨੂੰ ਪਤਾ ਲਿਕੇ ਗਈ ਹੈ ਔਖੀ ਵਾਲੀ ਹੈ ਉਹ ਤਾਂ ਕੁੱਤੀ ਮਾਰੀ ਪਈ ਹੈ ਮੈਂ ਉਹੀ ਕਹਿਣਾ ਹੁਣ ਉਹਨੇ ਮਾੜਾ ਮੋਟਾ ਸਮਾਨ ਲੈ ਕੇ ਜਾਣਾ ਸੀ ਅੱਛਾ ਇਹ ਮੈਨੂੰ ਕਹਿੰਦੀ ਉਹਨੂੰ ਜਮਾ ਕੋਈ ਧੱਕਾ ਵੀ ਨੀ ਦੇਣਾ ਘਰ ਚੋਂ ਦੱਸ ਬੇਬੇ ਵੀ ਮੈਂ ਉਹਨੂੰ ਕਿਵੇਂ ਕਹਿ ਦਿਆਂ ਤੂੰ ਮੇਰੀ ਗੱਲ ਸੁਣ ਪੁੱਤਾਂ ਐ ਕਰ ਲੜਦੀ ਐ ਉਹਨੂੰ ਤੂੰ ਪਤਾ ਹੀ ਨਾ ਲੱਗਣ ਦੇ ਉਹ ਤਾਂ ਬੇਬੇ ਠੀਕ ਐ ਤੂੰ ਪਹਿਲਾਂ ਮੇਰੀ ਪੂਰੀ ਗੱਲ ਸੁਣ ਬੇਬੇ
ਹੁਣ ਮੈਂ ਜਿਹੜੀ ਗੱਲ ਵੀ ਉਹਨੂੰ ਕਹੀ ਉਸ ਗੱਲ ਤੋਂ ਮੇਰੇ ਨਾਲ ਰੁੱਖਾ ਹੀ ਹੋ ਜਾਂਦੀ ਹੈ। ਕਹਿੰਦੀ ਤੂੰ ਆਪਦਾ ਘਰ ਆਪਦੀ ਭੈਣ ਨੂੰ ਖਵਾਈ ਜਾਂਦਾ। ਮੈਨੂੰ ਪਤਾ, ਮੈਨੂੰ ਸੁਣੀ ਜਾਂਦੀ ਆ ਪੁੱਤ। ਹੁਣ ਜਦੋਂ ਇਹ ਦੁਖੀ ਹੈ ਫਿਰ ਆਪਾਂ ਇਹਦੇ ਨਾਲ ਕਿਵੇਂ ਨਹੀਂ ਖੜਾਂਗੇ? ਤੂੰ ਨਹੀਂ ਸੁਣੇਗਾ, ਉਹਦੇ ਨਾਲੋਂ ਜੰਮਿਆ ਹੋਇਆ, ਹੋਰ ਕੌਣ ਸੁਣੂ? ਉਹੀ ਤਾਂ ਬੇਬੇ ਗੱਲ ਹੈ, ਸਾਰੀ ਗੱਲ ਤਾਂ ਭੈਣ ਭਾਈ ਕੋਈ ਝਾੜੀ ਨਹੀਂ ਲੱਗਦੇ। ਨਾਲੇ ਬੇਬੇ ਗੱਲ ਸੁਣ, ਮਾਂ ਦੇ ਢਿੱਡ 'ਚ ਲੱਤਾਂ ਪਸਾਰੀਆਂ ਨੇ ਤੁਸੀਂ, ਤੂੰ ਕਿਵੇਂ ਦੂਰ ਹੋ ਜਾਏਗਾ? ਨਾਲੇ ਬੇਬੇ ਤੈਨੂੰ ਤਾਂ ਹੁਣ ਪਤਾ ਹੈ ਬਾਪੂ ਮਰਨ ਵੇਲੇ ਮੈਨੂੰ ਕੀ ਕਹਿ ਕੇ ਗਿਆ ਸੀ। ਦੇਖ ਆਪਦਾ ਘਰ ਚਲਾਉਣ ਵਾਸਤੇ ਘਰ ਵੀ ਚਲਾਓ, ਜਨਾਨੀਆਂ ਨੂੰ ਵੀ ਉਸ ਹਿਸਾਬ ਦਾ ਜਨਾਨੀ ਨਾਲ ਵਰਤੋ ਜਿਵੇਂ ਜਨਾਨੀ ਨਾਲ ਸੰਬੰਧ ਹੈ, ਜਿਵੇਂ ਭੈਣਾਂ ਨਾਲ ਹੈ ਉਸ ਲੁੱਟ ਭੈਣਾਂ ਨਾਲ ਰੱਖੋ। ਮੈਨੂੰ ਐਂ ਦੱਸ ਬੇਬੇ, ਮੈਂ ਇੱਕ ਗੱਲ ਸੋਚੀ ਆ ਦਿਮਾਗ 'ਚ, ਜੇ ਸਹੀ ਹੋਈ ਤਾਂ ਸਹੀ, ਕਹਿੰਦੀ ਗਲਤ ਹੋਈ ਮੈਨੂੰ ਟੋਕ ਦੀ। ਠੀਕ ਹੈ ਵੀ ਮੈਂ ਨਾ ਤੇਰੀ ਪੋਤ ਨੂੰ ਉਹਨੂੰ ਕਹਿ ਦਿੰਦਾ ਵੀ ਜਿਹੜਾ ਤੇਰੀ ਭੂਆ ਨੇ ਸਮਾਨ ਲੈ ਕੇ ਜਾਣਾ, ਵੀ ਤੇਰੀ ਸੱਸ ਨੂੰ ਪਤਾ ਹੀ ਨਾ ਲੱਗੇ। ਬਸ ਮੈਂ ਵੀ ਇਹੀ ਕਹਿੰਦੀ ਸੀ ਪੁੱਤ, ਤੈਂ ਮੈਥੋਂ ਪਹਿਲਾਂ ਹੀ ਕਹਿ ਤਾ ਤੂੰ ਪਤਾ ਹੀ ਨਾ ਲੱਗਣ ਦੇ, ਬਸ ਉਹਨੂੰ ਤਾਂ ਤੂੰ ਪਰੀ ਨੂੰ ਕਹਿ ਦੇ ਸਾਰਾ ਕੁਛ ਆਪਦੀ ਭੂਆ ਦਾ ਤਿਆਰ ਕਰ ਦੂਗੀ, ਉਹਨੂੰ ਪਤਾ ਹੀ ਨਾ ਲੱਗਣ ਦਿਓ। ਬਸ ਐਤਕੀ ਤੂੰ ਐਂ ਕਰ, ਗਾਹਾਂ ਨੂੰ ਸੋਚਾਂਗੇ। ਚੱਲ ਬੇਬੇ ਮੈਂ ਪਰੀ ਨੂੰ ਬੋਝ ਕੇ ਦੇਣਾ ਕਹਿਣਾ। ਬਸ ਠੀਕ ਹੈ ਠੀਕ ਹੈ, ਗਾਹਾਂ ਨੂੰ ਸੋਚਾਂਗੇ ਆਪਾਂ ਕੀ ਬਣਦਾ। ਠੀਕ ਹੈ ਬੇਬੇ। ਹਾਂ ਦੱਸ, ਦੇਖ ਲਓ ਕਰ ਜੂਗਾ, ਧੀਆਂ ਨੂੰ ਵੀ ਨੀ ਘਰੇ ਵੜਨ ਦਿੰਦੇ, ਕੀ ਲੋੜ ਆ ਗਿਆ? ਹੋਰ ਧੀਆਂ ਕਿੱਥੇ ਜਾਣ, ਧੀਆਂ ਤਾਂ ਨਾ ਬੁੜੀਆਂ ਹੋਈਆਂ ਵੀ ਮਾਂ ਪਿਓਾਂ ਦੀ ਆਸ ਕਰਦੀਆਂ ਨੇ, ਸਿਵਿਆਂ 'ਚ ਪਈਆਂ ਵੀ ਕਰਦੀਆਂ ਨੇ। ਮਾਂ ਪਿਓ ਕਿਹੜਾ ਸਦੋਂ ਹੀ ਹੁੰਦੇ ਨੇ, ਪਿਓ ਨੀ ਸਦੋਂ, ਮਾਂ ਨੀ ਸਦੋਂ, ਭੈਣ ਭਾਈ ਹੀ ਹੁੰਦੇ ਨੇ ਸਾਰੀ ਉਮਰ ਭੈਣਾਂ ਨਾਲ ਵਰਤਣ ਵਾਲੇ। ਭਾਈਆਂ ਨੂੰ ਵੀ ਦੂਰ ਕਰਾਈ ਜਾਂਦੇ ਨੇ, ਇਹਨਾਂ ਚੜੇਲਾਂ ਪੱਲੇ ਪੈਂਦੀਆਂ ਨੇ। ਹੁਣ ਤਾਂ ਕਲਯੁੱਗ ਦੇ ਵਿੱਚ ਕਹਿੰਦੇ ਹੁੰਦੇ ਤੇ ਇਹੋ ਜਿਹਾ ਕਲਯੁੱਗ ਆਊਗਾ, ਭਾਈ ਨੇ ਭੈਣ ਨੂੰ ਨੀ ਛੇੜਨਾ, ਕੋਈ ਨੀ ਕਿਸੇ ਦਾ ਵਿਚਾਰੀਆਂ ਕਿੱਧਰ ਜਾਣ। ਚਲੋ ਦੇਖ ਉਹ ਮੇਰੇ ਨਾਲ ਹੈਗੇ ਆ ਲੜਦੇ ਵੀ ਇਹਨੂੰ ਤੁਸੀਂ ਸਮਾਨ ਕਿਉਂ ਦਿੰਦੇ ਬਈ, ਜਦੋਂ ਉਹ ਘਰੋਂ ਤੰਗ ਹੈ ਪ੍ਰਵੀਨ, ਆਪਾਂ ਨੂੰ ਸਮਾਨ ਤਾਂ ਦੇਣਾ ਹੀ ਪੁੱਤ, ਦੇਣਾ ਪਊਗਾ ਨਾ ਸਮਾਨ। ਹੁਣ ਮੈਂ ਪੁੱਤ ਤੈਨੂੰ ਐਂ ਕਹਿੰਦਾ ਵੀ ਤੇਰੀ ਮਾਂ ਨੂੰ ਤਾਂ ਪਤਾ ਹੀ ਨਹੀਂ ਲੱਗੇ, ਤੇਰੀ ਭੂਆ ਨੂੰ ਮਾੜਾ ਜਿਹਾ ਪੁੱਛ ਲਈ, ਜਿਹਾ ਜਿਹਾ ਉਹਨੂੰ ਸਮਾਨ ਚਾਹੀਦਾ ਹੋਇਆ ਉਹ ਜਿਹਾ ਪਾ ਕੇ ਨਾ ਚੁੱਕ ਹੈ ਕਿਸੇ ਝੋਲੇ 'ਚ ਪਾ ਦੀ ਜਾਂ ਕਿਸੇ ਵੱਡੇ ਲਿਖਾ ਦੇ, ਉਹਨੂੰ ਪੋਚ ਕੇ ਦਿਨੇ ਫੜਾ ਦੀ, ਤੇਰੀ ਮਾਂ ਨੂੰ ਪਤਾ ਨਾ ਲੱਗੇ। ਠੀਕ ਹੈ ਡੈਡੀ ਜੀ, ਕੋਈ ਨਾ, ਤੁਸੀਂ ਟੈਨਸ਼ਨ ਨਾ ਲਓ, ਮੈਂ ਪਾ ਦੂੰਗੀ। ਬਸ ਪੁੱਤ ਮੈਂ ਤੈਨੂੰ ਇੱਕ ਗੱਲ ਕਹਿਣਾ ਵੀ ਤੂੰ ਵੀ ਨਾ ਜਿੰਨੇ ਦਿਨ ਤੇਰੀ ਭੂਆ ਮੰਨ ਲੈ ਅੱਜ ਜਾਂਦੀ ਹੈ, ਕੱਲ ਨੂੰ ਜਾਂਦੀ ਹੈ, ਪਰਸੋਂ ਜਾਂਦੀ ਹੈ, ਜਿਹੜਾ ਟਾਈਮ ਹੈਗੀ ਆ ਤੂੰ ਉਹਦੀ ਸੇਵਾ ਪੂਰੀ ਕਰਨੀ ਹੈ ਬਸ। ਕੋਈ ਗੱਲ ਨਹੀਂ ਡੈਡੀ ਜੀ, ਫਿਕਰ ਕਾਹਨੂੰ ਕਰਦੇ ਹੋ, ਮੇਰੀ ਵੀ ਭੂਆ ਲੱਗਦੀ ਹੈ ਹੁਣ ਤਾਂ। ਉਹ ਬਸ ਮੈਨੂੰ ਇਹਦਾ ਹੀ ਹੈ, ਤੇਰੀ ਮਾਂ ਦਾ ਮੇਰਾ ਕਹਿਣ ਨੂੰ ਤਾਂ ਜੀ ਨਹੀਂ ਕਰਦਾ ਸੀ, ਇਹ ਪਤਾ ਨਹੀਂ ਕਿਉਂ ਕਲੇਸ਼ ਕਰਦੀ ਹੈ ਵੀ ਦੱਸ, ਤੂੰ ਵੀ ਤਾਂ ਆਪਦੇ ਪੇਕੇ ਜਾਂਦੀ ਹੈ ਕਿ ਜਾਂਦੀ ਨਹੀਂ? ਚਲੋ ਕੋਈ ਨਾ ਜੀ ਡੈਡੀ ਜੀ, ਚਲ ਪੁੱਤ ਬਣਾ ਦੇ ਚਾ ਤੂੰ, ਫਰਕ ਨਾ ਪਾਓ ਹੁਣ। ਉਹ ਫਰਕ ਨਹੀਂ ਪੁੱਤ, ਵੀ ਹੁਣ ਫੇਰ ਵੀ ਉਹ ਇਸ ਘਰ ਦੀ ਕੁੜੀ ਹੈ, ਇਸ ਘਰ ਦੀ ਜੰਮੀ ਜਾਈ ਹੈ, ਦੱਸ ਮੈਂ ਕਿਵੇਂ ਨਾ ਖੜਾ ਉਹਦੇ ਨਾਲ? ਇਹ ਤਾਂ ਗੱਲ ਠੀਕ ਆ, ਹੁਣ ਤੁਹਾਨੂੰ ਪਤਾ ਮੰਮੀ ਦਾ ਸੁਭਾਅ ਹੀ ਇਦਾਂ ਦਾ ਹੀ। ਉਹੀ ਤਾਂ ਗੱਲ ਹੈ। ਚਲ ਪੁੱਤ ਤੂੰ ਆ ਚਾਹ ਬਣਾ ਕੇ ਨਾ ਤੇਰੀ ਭੂਆ ਨੂੰ ਪਹੁੰਚ ਕੇ ਦੇਣੇ, ਪੁੱਛ ਲਈ ਇਹਨੂੰ ਪਤਾ ਨਾ ਲੱਗੇ, ਠੀਕ ਹੈ? ਠੀਕ ਹੈ, ਬਸ ਪੜਦਾ ਰਹੇ। ਓਕੇ। ਅੱਛਾ, ਮੇਰੀ ਪਿੱਠ ਪਿੱਛੇ ਨੂੰ ਸਾਰੇ ਦੀਆਂ ਆਹ ਗੱਲਾਂ ਚੱਲਦੀਆਂ ਨੇ, ਮੈਂ ਵੀ ਕਹਾਂ ਪਿੰਡਕ ਪਿੱਛੋਂ ਇਹ ਕਿਉਂ ਇਕੱਠੇ ਹੋ ਜਾਂਦੇ? ਕੋਈ ਨਹੀਂ,
ਇਹਨਾਂ ਨੂੰ ਤਾਂ ਮੈਂ ਦੱਸਦੀ ਹਾਂ ਪਤਾ। ਹਾਂ ਦੇਖ ਲਾ ਚੁਰਚਰੀ ਜੀ ਇਹ ਵੀ ਕਿਵੇਂ ਨਾਲ ਰਲੀ ਹੋਈ ਹੈ। ਮੇਰੀ ਗੱਲ ਸੁਣ, ਜਿੱਦੇ ਤੇਰੀ ਨੂੰਹ ਰਾਣੀ ਤੇਤੋਂ ਸੂਟ ਮੰਗਦੀ ਆ, ਤੇਰਾ ਮੁੰਡਾ ਉਹ ਠੂਰ ਸੂਟ ਸਮਾਉਂਦਾ, ਕਦੇ ਪਟਿਆਲੇ ਤੋਂ ਕਦੇ ਲੁਧਿਆਣੇ ਤੋਂ। ਜਦੋਂ ਮੈਂ ਥੋਤੋਂ ਇੱਕ ਵਾਰੀ ਗਊ ਮੰਗਣੀ, ਮੈਨੂੰ ਗਊ ਤੇ ਦੇ ਦਿਓ। ਉਹ ਦੇਖ ਰੰਭ ਦਿਓ ਮੈਨੂੰ ਵੇਖ ਵੇਖ ਕੇ। ਗਊ ਦੇ ਦਿਆਂਗੇ, ਮੈਨੂੰ ਰਾਏ ਤਾਂ ਕਰਨ ਦੇ, ਨਾਲੇ ਤਾਂ ਤੇਰੇ ਵੀਰੇ ਨਾਲ ਰਾਏ ਕਰਨੀ ਪਊ, ਨਾਲੇ ਬੀਬੀ ਨਾਲ ਕਰਨੀ ਪਊਗੀ। ਤੇ ਨਾਲੇ ਪੁੱਤ ਮੈਂ ਐਂ ਕਹਿੰਦੀ ਆ, ਤੂੰ ਤਾਂ ਆ ਜਾ ਕਰ, ਸਰੀਕੇ ਚ ਤਾਂ ਸਾਡਾ ਤਾਂ ਸਰੀਕਾ ਰਹਿ ਗਿਆ, ਤੇ ਤੂੰ ਕਾਹਤੋਂ ਉਹ ਬਣਦਾ ਹੁੰਦਾ ਗਾ, ਤੂੰ ਤਾਂ ਆਉਂਦਾ ਜਾਂਦਾ ਲੰਘ ਕੇ ਮਿਲ ਕੇ ਜਾਇਆ ਕਰ। ਮਾਸੀ ਜੀ ਹੁਣ ਟਾਈਮ ਨੀ ਲੱਗਦਾ ਜੀ, ਤੁਹਾਨੂੰ ਪਤਾ ਹੀ ਕੰਮ ਵਾਲੇ ਹੁੰਦੇ। ਕੋਈ ਨਾ ਪੁੱਤ, ਟਾਈਮ ਚ ਟਾਈਮ ਕੱਢ ਲਿਆ ਕਰ, ਤਾਂ ਜਮੀ ਉਹ ਹੋ ਰਿਹਾਗਾ। ਕਿੱਥੇ ਨੇ ਬੀਬੀ, ਕਿੱਥੇ ਨਾਲ ਚਾਚਾ, ਕਿੱਥੇ ਆ? ਬੀਬੀ ਤਾਂ ਅੰਦਰ ਹੀ ਪਈ ਹੈਗੀ, ਚਾਚਾ ਤੇਰਾ ਡਿਊਟੀ ਤੇ ਗਿਆ। ਚਾਚੇ ਨੂੰ ਤਾਂ ਫਿਰ ਪੁਲਿਸ ਦੇ ਕੰਮ ਵਾਲੇ ਕਹਿੰਦੇ ਨੇ ਨਾ। ਤੇ ਹੋਰ ਸੁਣਾ, ਚਾਹ ਪਾਣੀ? ਨਾ ਮੈਂ ਤਾਂ ਦਵਾਈ ਲੈ ਕੇ ਆਈ ਤੀ, ਹੁਣ ਲੋਟ ਆ ਕੁਛ। ਅੱਛਾ, ਉਹ ਮੋਟਾ ਜਿਹਾ ਮੁੰਡਾ ਨੀ ਆਪਣਾ ਹੈਗਾ, ਢਿੱਲੀ ਹੋ ਗਈ ਸੀ? ਹਾਂ, ਥੋੜੀ ਤਬੀਅਤ ਢਿੱਲੀ ਰਹਿੰਦੀ ਹੈ ਪੁੱਤ। ਅੱਛਾ, ਤੂੰ ਉਹ ਲਾਤਾ ਨੀ ਕੀ ਐਵੇਂ ਕਰਕੇ? ਅੱਛਾ, ਕੀ ਹੁੰਦਾ ਪੁੱਤ ਉਹ? ਐਕੋਪ੍ਰੈਸਰ ਬੂਸਰ ਜਿਹਾ ਉਹ ਲਾਤਾ ਪਈ ਆ। ਅੱਛਾ, ਖਾਇਆ ਪੀਆ ਘੱਟ ਕਰ, ਕੁਛ ਉਮਰ ਦੇ ਹਿਸਾਬ ਨਾਲ ਵੀ ਉਹ ਰੋਟੀ ਪਾਣੀ ਖਾ ਲੈਂਦੀ ਆ, ਹੋਰ ਕਿਹਦਾ ਬੰਦਾ ਵੀ ਸੱਚੇ ਪਾਤਸ਼ਾਹ ਹੈ ਨਾ। ਚੱਲ ਠੀਕ ਆ, ਮੇਰਾ ਪੁੱਤ ਮੈਂ ਚਾਹ ਬਣਾ ਕੇ ਲਿਆਉਣੀ, ਥੋੜੀ ਜਿਹੀ ਬੈਠੋ ਤੁਸੀਂ। ਚੱਲ ਟਾਈਮ ਲੱਗੂ, ਮੈਂ ਹਜੇ ਇੱਕ ਦੋ ਦਿਨ ਉਰੀ ਆ ਮੈਂ ਹਜੇ। ਅੱਛਾ, ਮੈਂ ਕਿਤੇ ਨਹੀਂ ਜਾਂਦੀ। ਠੀਕ ਆ, ਆਪੀ ਚਾਹ ਪੀ ਜੂ ਮਾ ਕੇ। ਓਕੇ ਦਵਿੰਦਰ, ਚੱਲੀਏ ਫਿਰ ਆਪਾਂ। ਹਾਂ ਭੂਆ, ਚੱਲ ਫਿਰ ਉੱਠ ਲਾ। ਲੈ ਕੀ ਆਈਆਂ ਕੀ ਗਈਆਂ, ਚਾਹ ਤਾਂ ਬਣਾ ਲੈਂਦੀ। ਓਹੋ, ਇਹਦੇ ਮੇਰੇ ਨਾਲ ਵਾਅਦਾ ਕਰ ਲਿਆ ਤੀ ਮੇਰੀ ਮਾਸੀ ਨੂੰ ਮਿਲ ਕੇ ਜਾਈ। ਅੱਛਾ, ਓਹੋ ਉਹ ਤਾਂ ਮੇਰੀ ਛੋਟੀ ਭਰਜਾਈ ਆ। ਮੈਂ ਕਿਹਾ ਇਹ ਜਿਹਾ ਹੈ, ਚੱਲ ਇਹ ਦੈਂਗੜਾ 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 ਚਲਾ ਜਾਵੇ, ਇਹ ਤਾਂ ਦੈਂਗੜਾ ਦੈਂਗੜਾ। ਉਰੇ ਆ ਕੁੜੀਏ, ਮੈਨੂੰ ਆਹ ਬਾਹਰ ਤੱਕ ਦਾ ਛੱਡਿਆ, ਮੈਨੂੰ ਆ ਜਾ। ਚੱਲ ਮੈਂ ਬਾਹਰ ਤੱਕ ਤਾਂ ਛੱਡ ਕੇ ਆਉਣੀ ਆ। ਕੋਈ ਨਾ, ਅੱਛਾ ਮੇਰੀ ਗੱਲ ਸੁਣ ਲਾ ਗੌਰ ਕਰਕੇ, ਆ ਹੁਣ ਮੈਨੂੰ ਆ ਡੱਬੀ ਜੀ ਗਊ ਦੇ ਦੋਗੇ, ਚਾਹੇ ਆ ਦੇ ਦਿਓ ਕਾਲੀ ਦੇ ਦਿਓ। ਕੋਈ ਨਾ, ਰਾਏ ਕਰਕੇ ਤੈਨੂੰ ਦੱਸਿਆ ਤਾਂ ਹੈਗਾ ਵੀ ਦੇ ਦਾਂਗੇ। ਹਾਂ ਮੈਨੂੰ ਰਾਏ ਤਾਂ ਕਰ ਲੈਣ ਦੇ ਮਾੜੀ। ਤੂੰ ਕਾਹਨੂੰ ਮੰਗਦੀ ਹੁੰਦੀ ਹੈਗੀ? ਲੈਣੀ ਪੈਣੀ ਇਹਨਾਂ ਤੋਂ, ਲੈਣੀ ਤੇ ਪੁੱਤ ਮੈਂ ਇਹਨਾਂ ਤੋਂ, ਗਊ ਤਾਂ ਮੈਂ ਲੈ ਕੇ ਜਾਊਂਗੀ। ਐ ਕਰੀ ਫਿਰ, ਐ ਕਰੀ ਮੁੰਡਿਆ ਦੇ ਇੱਥੋਂ ਕਿਤੇ ਹਾਥੀ ਬੁੱਕ ਕਰਕੇ ਨਾ ਅੱਜ ਚਾੜ ਦੇ, ਕੱਲੂ ਮੈਂ ਉੱਪਰ ਜੂ ਉੱਥੇ। ਬਾਲੀ ਹਲਕੀ ਹੋਈ ਤੂੰ ਤਾਂ, ਕੌਣ ਸ਼ਰਮੀ ਦਵਾਉਣੀ? ਚਲੋ ਕੋਈ ਨਾ, ਤੋੜ ਦੂੰਗੀ। ਮਾਸੀ ਜੀ ਸਾਨੂੰ ਕਿਤੇ ਝਟਕਾ ਨਾ ਪੈ ਜਾਣਾ ਚਾਚੇ ਦਾ ਸਵਾਲ। ਕੋਈ ਨਾ ਪੁੱਤ, ਫਿਰ ਹੁਣ ਜਦੋਂ ਗੱਲ ਪੈ ਰਹੀ ਹੈ ਹੁਣ ਹੋਰ ਕੀ ਕਰੂੰਗੀ। ਚੰਗਾ ਚੰਗਾ, ਅੱਛਾ ਜੀ ਮੁੰਡਿਆ ਆ ਕਾਲੀ ਲੋਟਾ ਮਾਰਦੀ ਮੂਰਤੀ ਤਾਂ ਨੀ ਹੈਗੀ ਇਹ? ਹੈਲੋ ਡਿਓ ਡਿਓ, ਹੈਲੋ ਮੇਰੇ ਸਾਰ ਦੀ ਦੁਕਾਨ ਉਹ ਬਲਾਈ ਸੀ ਲਾ, ਸਾਡੇ ਕੋਲ ਬਥੇਰਾ ਦਿੰਦੀ ਹੈਗੀ। ਕੋਈ ਨਾ ਕੋਈ ਨਾ, ਸ਼ਾਬਾਸ਼ ਚੰਗਾ, ਮੈਂ ਜਾਂਦੀ ਹਾਂ ਹੁਣ। ਚੱਲ ਮੁੰਡਿਆ ਵੇ ਦਵਿੰਦਰਾ, ਹਾਏ ਮੈਨੂੰ ਘਰ ਛੱਡਿਆ ਪੁੱਤ। ਆਜਾ ਭੂਆ। ਚੱਲ ਪੁੱਤ ਮੇਰੇ, ਹੁਣ ਤੂੰ ਨਾਲੇ ਆਰਾਮ ਕਰ ਲਈ। ਹਾਏ ਆਰਾਮ ਕਰ ਲਈ, ਚਾਰ ਦਿਨ ਬਸ ਮੰਮੀ ਨੂੰ ਨਾ ਦੱਸੀ ਵੀ ਤੈਨੂੰ ਦਵਾਈ ਦਵਾ ਕੇ ਲੈ। ਕੋਈ ਨਾ ਪੁੱਤ,
ਕੋਈ ਦਵਾਈ ਦਵਾਉਣਾ ਤੇਰਾ ਫਰਜ਼ ਬਣਦਾਗਾ। ਮਾਰਚ ਜੀ ਕਰੀਏ ਤੇਰੀ ਬਸ ਦੱਸੀ ਨਾ। ਉਹ ਚੁੱਪ ਕਰ, ਮੈਂ ਨਾਲੇ ਪੁੱਤ ਮੈਂ ਅੱਜ ਜਾਊਂਗੀ ਪੁੱਤ। ਉਹ ਨਾ ਨਾ ਭੂਆ, ਮੈਂ ਨਹੀਂ ਤੈਨੂੰ ਜਾਣ ਦਿੰਦਾ ਹਜੇ 2-4 ਦਿਨ, ਤੂੰ ਠੀਕ ਤਾਂ ਹੋ। ਪੁੱਤ ਮੈਂ ਮਾਤਾ ਦੇ ਮੱਥਾ ਵੀ ਟੇਕ ਕੇ ਆਉਣਾਗਾ। ਨਹੀਂ ਨਾ ਭੂਆ, ਮਾਤਾ ਦੇ ਨਾਣਾ ਦੇਵੀ ਜਾਊਂਗਾ। ਹਾਂ, ਨਾਣਾ ਦੇਵੀ ਵਾਗ ਜੀ। ਆ ਹਾਏ ਹਾਏ, ਬੈਠ ਉਰੇ। ਹਾਏ ਹਾਏ, ਹਰਾਮ ਮਗੇ ਪੁੱਤ ਮੇਰਾ, ਉਹਨੇ ਕੀ ਲਾਇਆ ਸੀ ਮੇਰੇ ਉਰੇ? ਉਹਨੇ ਅੱਬੂ ਡਾਕਟਰ ਨੇ ਤੇਰੇ ਉਹ ਕੀਤਾ ਥੈਰੇਪੀ ਜੀ। ਪਰੀ ਥੈਰੇਪੀ ਦੀ ਜਦ ਥਰੀ ਡੈਡੀ ਜੀ, ਪਰੀ ਨੂੰ ਮੈਂ ਚਾਹ ਕਿਹਾ ਸੀ। ਕੀ ਹੋ ਗਿਆ ਜੇ? ਇੱਕ ਗਾਂ ਦੇਤੀ, ਉਹ ਵੀ ਇਸ ਘਰ ਦਿੱਤੀ ਸੀ, ਫਿਰ ਕੀ ਹੋ ਗਿਆ? ਚੀਸਾਂ ਦੇਵੋ, ਕੁੜੇ ਜਗਜੀਤ। ਹਾਂ ਬੀਬੀ। ਆਹਾ, ਆਪਣੀ ਚਾਰ ਗਾਂਆਂ ਤੀਆਂ ਗਿਆ, ਇੱਕ ਗਾਂ ਕਿੱਥੇ ਆ ਗਈ ਆਪਣੀ? ਇੱਕ ਤਾਂ ਬੀਬੀ ਮੈਂ ਮੇਰੀ ਨਣਦ ਨੂੰ ਦੇਤੀ। ਲੈ, ਨਣਦ ਨੂੰ ਕਿਉਂ ਦੇਤੀ? ਤੂੰ ਸਾਰੇ ਹੀ ਘਰ ਮੈਨੂੰ ਲਾ ਲਾ, ਉਸੇ ਨੂੰ ਲੁਟਾ ਦੇਂਗੀ। ਉਹ ਬਾਲੀ ਗਲ ਪੈ ਗਈ ਸੀ। ਆਏ ਗੱਲ ਕਿਵੇਂ ਪੈ ਗਈ ਤੇਰੇ? ਕੁਛ ਨੀ ਹੁੰਦਾ। ਨੀ ਤੈਨੂੰ ਆ ਕੇ ਨਾਲੇ ਪੁਲਸੀਆ ਲੜੂਗਾ, ਤੂੰ ਫੇਰ ਕੀ ਕਹੇਂਗੀ? ਉਹਦੇ ਮੂਹਰੇ ਕੀ ਬੋਲੇਂਗੀ? ਆਏ ਕੁਛ ਨੀ ਕਹਿੰਦਾ ਗਾ, ਆਏ ਕੀ ਕਹਿਣਾ? ਉਸੇ ਦੀ ਭੈਣ ਸੀ, ਉਹ ਲਏਗੀ। ਲੈ ਉਹਦੀ ਭੈਣ ਨੂੰ ਫਿਰ ਆਈ ਘਰ ਲਗਾਈ ਜਾਣਾ। ਹੁਣ ਤਾਂ ਇੱਕ ਗਾਂ ਦਿੱਤੇ ਤਾਂ ਡੰਗਾ ਲੈ ਗਿਆ, ਜੇ ਜ਼ਮੀਨ ਚ ਸਵਣਾ ਲਿਆ ਫਿਰ ਕੀ ਕਰਾਂਗੇ? ਕਿਧਰ ਉਹਨੂੰ ਵਡਾਉਣ ਦਿੱਤੀ ਜ਼ਮੀਨ ਚ ਉਹ ਹਿੱਸਾ? ਤੈਨੂੰ ਨੀ ਉਹਦੇ ਸਵਾਲ ਦਾ ਪਤਾ? ਪੁੱਛਿਆ ਕਿ ਲੜੂਗਾ ਫਿਰ? ਫਿਰ ਉਹਨਾਂ ਤੂੰ ਕਹੀ ਕੋਈ ਨਾ, ਕੁਛ ਨੀ ਕਹਿੰਦਾ, ਮੈਂ ਆਪੇ ਸੰਭਾਲ ਲਵਾਂ। ਉਹਦੋਂ ਤੇਰੀ ਨੂੰਹ ਆ ਗਈ, ਚੜਦਾ ਤਾਂ ਚੜਦਾ, ਚੜਦਾ ਤਾਂ ਚੜਦਾ, ਝੂਟ ਹੋ ਪਾਉਂਦੀ ਆ ਗਈ, ਰਹਿੰਦੀ ਖੁੰਦੀ ਤਾਂ ਗਾਈ ਉਹ ਕੁੜੀ ਨੂੰ ਹੁਕਾਤੀ। ਕੋਈ ਨਾ ਬੀਬੀ, ਫਿਰ ਕੀ ਹੋ ਗਿਆ? ਆਈ ਸਾਰਾ ਘਰ ਬਸ ਆਈ ਲਟਾਉਣਾਗਾ। ਤੂੰ ਬੋਲ ਨਾ, ਚੁੱਪ ਕਰ ਜਾ। ਮੈਨੂੰ ਨੀ ਪਤਾ, ਫਿਰ ਜਦੋਂ ਪੁਲਸੀਏ ਨੇ ਤੈਨੂੰ ਸਿੱਟ ਲਿਆ ਕੇ ਫਿਰ ਲੱਗੂ ਤੈਨੂੰ ਪਤਾ? ਕਿਧਰ ਨੀ ਸਿੱਟਦਾ, ਦੱਸ ਲੈ ਕੀ ਹੁਣ ਬਣੂਗਾ? ਕੁਛ ਨੀ ਬਣਨਾ, ਕੀ ਹੈਗਾ ਲਏਗੀ ਹੁਣ? ਮੈਂ ਚਲ, ਮੈਨੂੰ ਨੀ ਪਤਾ, ਫਿਰ ਤੂੰ ਹੀ ਸਮਝੀ ਉਹਦੇ ਨਾਲ। ਪਰੀ, ਅੱਛਾ ਆ ਗਏ ਤੁਸੀਂ? ਆ ਗਏ। ਆ ਲੈ ਚਾਹ। ਆ ਚਾਹ ਦੇ ਦੇ ਪੂਆ, ਲੈ ਲੌਂਗ ਲੈ, ਜਿਹੜੀ ਚਾਹ ਪੀ ਲੈ। ਲੈ ਪੁੱਤ ਮੇਰੇ, ਪਾਰਟੀ ਸੀ ਪੂਆ, ਮੈਂ ਸੌਂਗਾ। ਅੱਛਾ ਅੱਛਾ, ਮੇਰੇ ਘਰ ਵਾਲੀ ਤਾਂ ਬੜੀ ਟੇਸਟੀ ਚਾਹ ਬਣਾਉਂਦੀ ਹੈ। ਆਹਾ, ਮੈਂ ਤਾਂ ਨਹੀਂ ਪੀਂਦਾ ਹੈਗਾ। ਥੋੜੀ ਅੱਖ ਕਿਉਂ ਹੱਥ ਮੈਂ ਨਾ, ਮੇਰਾ ਹਜੇ ਜੀ ਨਹੀਂ ਕਰ ਰਿਹਾ ਕੋਈ ਨਾ, ਮੈਂ ਫੇਰ ਪੀ ਲੂੰ। ਕੀ ਕਹਿੰਦਾ ਡਾਕਟਰ? ਹਾਂ, ਅੱਬੂ ਨੇ ਥੈਰੇਪੀ ਜੀ ਕਰਤੀ ਤੇ ਬਸ ਹੁਣ ਠੀਕ ਹੈ ਇਹ। ਹਾਂ ਦਵਿੰਦਰ। ਹਾਂਜੀ ਡੈਡੀ, ਬਹਿ ਜਾਓ। ਮੈਂ ਬਸ ਬੈਠਣਾ ਨਹੀਂ ਹੈਗਾ, ਮੈਂ ਜਾਣਾ ਖੇਤ। ਕੁੜੀ ਜਿਹੜਾ ਤੈਨੂੰ ਕੰਮ ਕਹਿ ਕਰਤਾ ਨਾ ਉਹ? ਹਾਂਜੀ ਹਾਂਜੀ ਡੈਡੀ ਜੀ, ਕਰ। ਮੇਰੀ ਭੂਆ ਦਾ ਨਾ ਸਮਾਨ ਪਾਇਆ, ਠੀਕ ਹੈ? ਜਿਹੜਾ ਸਮਾਨ ਕਿਹਾ ਸੀ ਉਹ ਪਾਇਆ ਪਿਆ ਗਾ, ਜਦੋਂ ਤੇਰੀ ਭੂਆ ਨੇ ਜਾਣਾ ਹੋਊਗਾ ਇਹਨੂੰ ਫੜਾ ਦੇ। ਡੈਡੀ ਹਜੇ ਨਹੀਂ, ਮੈਂ ਭੂਆ ਨੂੰ ਜਾਣ ਦਿੰਦਾ 3-4 ਦਿਨ ਨਾਲ। ਹਲੋ ਚਾਰ, ਉਹ ਤੁਹਾਡੀ ਭੂਆ ਭਤੀਜੇ ਦੀ ਗੱਲ ਹੈ। ਹਾਂ, ਜਿਹਨੇ ਜਾਣਾ ਉਹ ਮੰਮੀ ਤਾਂ 2 ਮਿੰਟ ਚਿਰ ਚਿਰ ਕਰਕੇ ਹਟ ਜੂਗੀ, ਮੈਂ ਮੇਰੀ ਭੂਆ ਨੂੰ ਨਹੀਂ ਜਾਣ ਦਿੰਦਾ। ਨਹੀਂ ਕਹਿੰਦਾ, ਮੈਂ ਤੈਨੂੰ ਐਂ ਕਹਿੰਦਾ, ਜਿਹਨੇ ਜਾਣਾ ਇਹਨੇ ਸਾਰਾ ਸਮਾਨ ਤਿਆਰ ਕਰਿਆ ਪਿਆ, ਜੇ ਇਹਨੇ ਰਹਿਣਾ ਤਾਂ ਕੁੜੀਏ ਤੂੰ ਲੁਕੋ ਕੇ ਰੱਖੀ ਇਹਨੂੰ, ਚੰਗਾ? ਠੀਕ ਹੈ, ਚੱਲ ਮੈਂ ਨਾ ਪੁੱਤ, ਮੈਂ ਖੇਤ ਜਾਣਾ ਹੈਗਾ, ਉੱਥੇ ਕਹਿੰਦੇ ਉੱਧਰ ਪਸ਼ੂ ਜੇ ਬਾਲੇ ਫਿਰਦੇ ਨੇ, ਠੀਕ ਹੈ? ਮਾਰਿਓ ਡੈਡੀ ਗੇੜਾ। ਚਲੋ ਠੀਕ ਹੈ ਜੀ ਮੰਮੀ, ਰੋਟੀ। ਹਾਂ ਪ੍ਰਵੀਨ ਬਣਾ ਲੈ ਰੋਟੀ, ਵਧੀਆ ਮਟਰ ਪਨੀਰ ਬਣਾ ਦੀ ਮੇਰੀ ਭੂਆ ਨੂੰ। ਹਾਂ ਮੇਰੀ ਭੂਆ ਪਨੀਰ ਪਨੀਰ ਖਾ ਲੂਗਾ, ਦੰਦ ਨਹੀਂ ਕੰਮ ਕਰਦੇ ਹਾਂ ਭੂਆ, ਕਹਿੰਦੀ ਜੇ ਮਟਰ ਵੱਧ ਖਾਦੇ ਗਏ ਦੰਦ ਟੁੱਟ ਜਾਣਗੇ ਜਿਹੜੇ ਦੁੱਖ ਰਹਿੰਦੇ ਨੇ। ਐਵੇਂ ਕਰ ਕੇ ਵੈਫਤਾ ਨਹੀਂ ਮੇਰੇ ਨਾਲ ਭੂਆ, ਤੇਰੇ ਨਾਲ ਪਿਆਰ ਆ, ਵੈਫਤਾ ਨਹੀਂ ਹੈਗੀਆਂ। ਹੋਰ ਦੱਸ ਭੂਆ, ਤੈਨੂੰ ਕੁਛ ਚਾਹੀਦਾ ਤਾਂ ਨਹੀਂ? ਪੈਸਾ ਟਕਾ? ਨਾ ਨਾ ਨਾ, ਜਿਉਂਦਾ ਬਾਤ ਯਾਰ, ਲੈ ਪੁੱਤ ਅੱਕਾ ਪਤਾ ਦੇ ਇੱਥੇ। ਭੂਆ ਤੇਰੇ ਮੂੰਹ ਜੇ ਤਾਂ ਮੈਨੂੰ ਲੱਗੀ ਜਾਂਦਾ ਵੀ ਤੂੰ ਔਖੀ ਹੈ ਭੂਆ, ਲੜ ਲੁੜ ਕੇ ਤਾਂ ਨਹੀਂ ਤੂੰ ਘਰੇ ਆਈ, ਤੈਨੂੰ ਕਿਸੇ ਚੀਜ਼ ਦੀ ਤਾਂ ਨਹੀਂ ਲੋੜ ਹੈਗੀ। ਸੁਣ ਤਾ ਲੈ ਚੰਦਰਿਆ, ਮੇਰੇ ਨਾਲ ਮੇਰੀਆਂ ਬਹੂਆਂ
ਉਹਦੇ ਨਾਲ ਰਲ ਗਏ ਕੰਜਰ ਦੇ ਪੁੱਤ ਉਹਨਾਂ ਦੇ ਮੇਰੇ ਮੁੰਡੇ ਪ੍ਰਾਹੁਣੇ ਉਹਨਾਂ ਦੇ ਸਾਡਾ ਕਿਤੇ ਜ਼ਮੀਨ ਦਾ ਵੀ ਹੇਠ ਉੱਤਾ ਜਿਹਾ ਹੋ ਰਿਹਾ ਉਹਦੇ ਵਿੱਚੋਂ ਡੇਢ ਕੁ ਲੱਖ ਰੁਪਈਏ ਦੋ ਲੱਖ ਰੁਪਏ ਦਾ ਘੱਟ ਪੈਂਦਾ ਗਾ ਜੇ ਤੂੰ ਡੇਢ ਦੋ ਲੱਖ ਰੁਪਏ ਮੈਨੂੰ ਦੇ ਦੇ ਪੁੱਤ ਮੇਰੇ ਓਹੋ ਭੂਆ ਇੰਨੀ ਕੁ ਗੱਲ ਬਸ ਮੇਰੀ ਗੱਲ ਸੁਣ ਭੂਆ ਤੇਰਾ ਅਕਾਊਂਟ ਨੰਬਰ ਮੇਰੇ ਯਾਦ ਹੈ ਕਿਉਂ ਕਈ ਵਾਰੀ ਮੈਂ ਤੈਨੂੰ ਕਿਥੇ ਤਿਉਹਾਰ ਤੇ ਜਦੋਂ ਮੈਂ ਥਵਾਇਆ ਨਹੀਂ ਆਉਂਦਾ ਕਦੇ ਤੈਨੂੰ ਪੰਜ ਪਾਤਾ ਕਦੇ ਦਸ ਹਜ਼ਾਰ ਪਾਤਾ ਮੇਰੇ ਗੂਗਲ ਪੇ ਚੱਲਦਾ ਲੈ ਦੋ ਲੱਖ ਰੁਪਏ ਦਾ ਮੈਂ ਤੈਨੂੰ ਹੁਣ ਪਾ ਦਿੰਦਾ ਭੂਆ ਮੈਨੂੰ ਤਾਂ ਮੋੜੀ ਵੀ ਨਾ ਕੋਈ ਮੈਥੋਂ ਸਾਡੇ ਘਰੇ ਆਇਆ ਲਵੇ ਅੰਤਰੇ ਜੇ ਵੀ ਤੂੰ ਕਿਹਨੂੰ ਦਿੱਤੇ ਕਿਹਨੂੰ ਦਿਨਾ ਕਿਹਨੂੰ ਚੱਲਦੇ ਨੇ ਚੁੱਪ ਕਰੀ ਬਸ ਓ ਭੂਆ ਮੇਰੀ ਗੱਲ ਸੁਣ ਇਹ ਗੱਲ ਆਪਣੇ ਭੂਆ ਭਤੀਜੇ ਚ ਰਹੋ ਕੰਧਾਂ ਨੂੰ ਵੀ ਨਹੀਂ ਪਤਾ ਮੈਨੂੰ ਹੁਣ ਕਿਰਾਏ ਦਾ ਦੇ ਦੇ ਪੈਸੇ ਭੂਆ ਜਦੋਂ ਤੈਨੂੰ ਹੁਣ ਚਾਰ ਦਿਨਾਂ ਨੂੰ ਜਾਏਗੀ ਕਿਰਾਏ ਨੂੰ ਕਿ ਤੈਨੂੰ ਛੱਡ ਦੋ ਤਿੰਨ ਹਜ਼ਾਰ ਰੁਪਏ ਉਹੀ ਵੱਧ ਦੇ ਦੂੰ ਚੱਲ ਕੋਈ ਨਾ ਮੈਂ ਹਜੇ ਉਰੀ ਆ ਤੂੰ ਆਰਾਮ ਕਰ ਦਵਾਈ ਮੈਂ ਜਾਣਾ ਅੰਦਰ ਕੋਈ ਨਹੀਂ ਮੈਨੂੰ ਦੁੱਖ ਤਾਂ ਬਹੁਤ ਹੋਇਆ ਕਿ ਤੇਰੇ ਨਾਲ ਉਹ ਐਂ ਦਰਿਆਤ ਕਰਦੇ ਨੇ ਹਾਂ ਉਹ ਔਖੇ ਹੋਣਗੇ ਮੇਰੀ ਭੂਆ ਨੂੰ ਤਪਾ ਕੇ ਜਿੰਨ ਤਾਂ ਲੱਗੀਆਂ ਸੋਈ ਉਹ ਮਹਾਰਾਜ ਜਾਣਦਾ ਪੇ ਹਾਂ ਭੂਆ ਤੂੰ ਐਂ ਕਰ ਆਰਾਮ ਕਰ ਲੈ ਕੋਈ ਨਾ ਦੱਸ ਤੈਨੂੰ ਉਹਨੇ ਕਿਹਾ ਤੀ ਵੀ ਹਜੇ ਪੈਣਾ ਨਹੀਂ ਤੂੰ ਬੈਠੀ ਰਹਿ ਹਜੇ ਮਾਸੀਆਂ ਨੂੰ ਕੁਛ ਮਰਜ਼ੀ ਦੇ ਦੇ ਉਹਨਾਂ ਨੂੰ ਤਾਂ ਖਵਾਈ ਜਾਊਗੀ ਭੂਆ ਵੇਲੇ ਮੇਰੀ ਮੰਮੀ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਅੱਛਾ ਨੀ ਮੇਰੀ ਗੱਲ ਸੁਣ ਤੂੰ ਮੇਰੇ ਪੁੱਤ ਤੋਂ 2 ਲੱਖ ਰੁਪਇਆ ਖਾ ਗਈ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਕੌਣ ਖਾ ਗਈ ਤੂੰ ਕਿਹਦੇ ਕੋਲ ਲੱਤਾਂ ਨਾਲ ਪੈਸੇ ਨਹੀਂ ਅੱਛਾ ਮੈਥੋਂ ਚੋਰੀਆਂ ਰੱਖਦੀ ਹੈ ਤੈਨੂੰ ਐਂ ਵੀ ਕਿਹੜਾ ਨੂੰ ਪਤਾ ਲੱਗਦਾ ਆ ਸਾਰੀਆਂ ਗੱਲਾਂ ਸੁਣ ਲਈਆਂ ਮੈਂ ਕੀ ਸੁਣਿਆ ਤੈਂ ਕੀ ਉਹ ਭੌਂਕ ਕੇ ਗਿਆ ਕੀ ਮੈਂ ਭੌਂਕਿਆ ਉਹਨੂੰ ਐ ਬੋਲ ਮੈਨੂੰ ਮੈਨੂੰ ਨਾ ਤੇਰਾ ਸਾਰਾ ਹੀ ਪਤਾ ਮੇਰੇ ਮੂਹਰੇ ਵੜ ਗਏ ਚਤਰਾਈਆਂ ਜੀਆਂ ਨਾ ਕਰਿਆ ਕਰ ਅੱਛਾ ਤੈਨੂੰ ਸ਼ਰਮ ਨਹੀਂ ਆਉਂਦੀ ਆਪਦੇ ਭਾਈ ਦਾ ਘਰ ਖਾਂਦੀ ਨੂੰ ਮੇਰੇ ਪੁੱਤ ਮੇਰੇ ਭਾਈ ਨੇ ਤੈਂ ਗਿਣੀ ਨਹੀਂ ਕਿ ਲੈਣਾ ਕਿਉਂ ਨਹੀਂ ਮੈਂ ਮਾਲਕਾਂ ਨਾਲ ਇਸ ਘਰ ਦੀ ਬਹੁਆਂ ਬਹੁ ਮੰਨ ਕੇ ਰਹਿ ਮੇਰੀ ਗੱਲ ਸੁਣ ਲੈ ਤੂੰ ਵੀ ਆਪਦੀ ਨਾ ਔਕਾਤ ਚ ਰਹਿ ਕੁੜੀਆਂ ਆਉਂਦੇ ਹੁੰਦੇ ਉਹਨਾਂ ਨੂੰ ਇੱਥੇ ਤਿਉਹਾਰ ਦਿੱਤੇ ਜਾਂਦੇ ਹੁੰਦੇ ਆ ਐ ਨਹੀਂ ਹੈਗਾ ਵੀ ਘਰ ਨੂੰ ਉਰਦੂ ਲਾ ਦੋ ਬੇਸ਼ਰਮ ਕਿਸੇ ਥਾਂ ਦੀ ਹੁਣ ਤੂੰ ਚਾਹੁੰਦੀ ਕੀ ਆ ਮੈਂ ਤਾਂ ਇਹ ਚਾਹੁੰਦੀ ਆ ਵੀ ਤੂੰ ਇੱਥੋਂ ਖੜੀ ਹੋ ਇੱਕ ਮਿੰਟ ਹੈਲੋ ਹੱਥ ਨਾ ਪਾ ਮੈਨੂੰ ਮੈਂ ਪਹਿਲੇ ਹੱਥ ਪਾ ਤੈਨੂੰ ਜੂ ਮਹਿੰਗਾ ਤੁਰਦੀ ਲੱਗੇ ਤੋਂ ਖੜੀ ਹੋ ਜਾ ਤੁਰਦੀ ਕਿਵੇਂ ਲੱਗਾ ਹੈ ਹਾਂ ਮੇਰੀ ਮੰਮੀ ਚੜਦੀ ਹੈ ਕੀ ਗੱਲ ਮੇਰੀ ਧੀ ਨਾਲ ਕਿ ਮੇਰਾ ਆਵਾਜ਼ ਪਾ ਰੱਖਿਆ ਤੇਰੀ ਧੀ ਨਾਲ ਨਹੀਂ ਮਾਤਾ ਰੌਲਾ ਪਾਇਆ ਇੱਧਰ ਗੱਲ ਸੁਣ ਲਾ ਮੈਂ ਇਹਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਇਹ ਮੇਰੇ ਘਰ ਪਟਦੀ ਹੈ ਅੱਛਾ ਹਾਂ ਹੁਣ ਇਹਨੂੰ ਐ ਪੁੱਛ ਵੀ 2 ਲੱਖ ਰੁਪਏ ਕਾਦੇ ਵਾਸਤੇ ਪਵਾਇਆ ਤੈ ਦੱਸੀ ਮੈਨੂੰ ਤੇ 2 ਲੱਖ ਰੁਪਇਆ ਕਿਵੇਂ ਮੈਨੂੰ ਕੋਈ ਸਮਝ ਨਹੀਂ ਆ ਰਹੀ ਕਿਹਨੇ ਕਿਹੜੇ ਕੰਜਰ ਨੇ ਲਿਆ 2 ਲੱਖ ਰੁਪਏ ਤੇ ਤੋ ਚੌਧਰ ਰਿਆ ਵੱਡੀ ਮਹਾਰਾਣੀ ਹੈ ਲੈ ਤੂੰ ਗੱਲ ਸੁਣ ਲੈ ਤੋ ਕੁਛ ਮਰਜੀ ਮੇਰੀ ਗੱਲ ਸੁਣ ਲੈ ਮੁੰਡੇ ਤੋਂ ਖਾਤੇ ਚ 2 ਲੱਖ ਰੁਪਇਆ ਪੜੇ ਨੂੰ ਪੁੱਛੇ ਨੂੰ ਕਾਦੇ ਵਾਸਤੇ ਚਾਹੀਦਾ ਮੇਰੀ ਗੱਲ ਸੁਣੋ ਜੇ ਆ ਗਈ 4 ਦਿਨ ਔਖੀ ਹੋਈ ਤੁਸੀਂ ਐਡੇ ਤੋਂ ਛਲਾਉਂਦੇ ਵੇਦੀ ਨੂੰ ਮਾਤਾ ਮੈਂ ਦੂਸ਼ਣ ਨਹੀਂ ਲਾਉਂਦੀ ਮੈਂ ਸੱਚੀਆਂ ਗੱਲਾਂ ਕਰਦੀ ਮੈਥੋਂ ਰੱਖਦੀ ਇਹ ਲਕੋ ਅੰਕਲ ਜੀ ਪੜਤਾਲ ਕਰ ਹਾਂ ਆਪਦੇ ਉਸ ਦੀ ਪੜਤਾਲ ਕਰ ਬੈਂਕ ਪਰੋੜ ਖਾਤੇ ਦੇਖ ਆਪਦੇ ਕਿੰਨੇ ਪੈਸੇ ਕੱਢੇ ਨੇ ਆਹੋ ਫੇਰ ਮੈਂ ਵੀ ਤੁਹਾਡੇ ਪਾਸ ਤੂੰ ਜਿਹੜੀ ਮਰਜ਼ੀ ਬੈਂਕ ਜਾ ਚਾਹੇ ਤੂੰ ਜਿਹੜੀ ਮਰਜ਼ੀ ਬੈਂਕ ਦੇ ਖਾਤਾ ਖਲਾਵਾ ਇਹਦੇ ਨੰਬਰ ਲੈ ਲੈ ਹਜੇ ਬੈਂਕਾਂ ਚ ਜਾਣ ਦੀ ਮੈਨੂੰ ਕੀ ਲੋੜ ਹੈ ਆ ਹੁਣ ਗੱਲਾਂ ਕਰੀ ਜਾਂਦੀ ਸੀ ਮੁੰਡੇ ਨਾਲ ਵੀ 2 ਲੱਖ ਰੁਪਏ ਤੇਰੇ ਖਾਤੇ ਚ ਮੈਂ ਪਾਤਾ
ਸੇਵਾ 2 ਲੱਖ ਦੀ ਗੱਲ ਕੀ ਕਰ ਰਹੇ ਤੁਸੀਂ ਮੈਨੂੰ